ਡਾਕਟਰ ਵੰਜਾਰਾ ਬੀ ਦੀਦੀ ਪੁਸਤਕ ਮੇਰਾ ਨਾਨਕਾ ਪਿੰਡ ਦਾ ਅਗਲਾ ਅੰਕ ਹੈ ਨજર ਬੱਟੂ ਇੱਕ ਦਿਨ ਨਾਨੀ ਜੀ ਵਿਹੜੇ 'ਚ ਬੈਠੇ ਵੱਡੀ ਸਾਰੀ ਕਟਵੀ ਨੂੰ ਪੋਚ ਸਵਾਰ ਕੇ ਉਹਦੇ ਪੈੰਦੇ ਉੱਤੇ ਅੱਖਾਂ ਨੱਕ ਕੰਨ ਤੇ ਹੋਰ ਨਕਸ਼ ਉਕਰ ਰਹੇ ਸਨ ਇੱਕ ਕਟੋਰੇ 'ਚ ਉਹਨਾਂ ਨੇ ਕਾਲਾ ਰੰਗ ਕੋਲਿਆ ਹੋਇਆ ਸੀ ਤੇ ਦੂਜੇ 'ਚ ਗੇਰੂਆ ਰੰਗ ਕੋਲੀ ਘੜੇ ਦੀ ਇੱਕ ਚੱਪਰ 'ਚ ਚੂਨਾ ਕੋਲਿਆ ਪਿਆ ਸੀ ਗੇਰੂਏ ਰੰਗ ਨਾਲ ਬੇਜੀ ਨੇ ਕਟਵੀ ਦੇ ਬੜੇ ਲੰਮੇ ਬੜੇ ਡਰਾਉਣੇ ਲੰਮੇ ਲੰਮੇ ਦੰਦ ਬਣਾਏ ਜਿਵੇਂ ਮੂੰਹ 'ਚ ਤਿੱਖੀਆਂ ਕਿੱਲਾਂ ਗੱਡੀਆਂ ਹੋਣ ਕਾਲੇ ਰੰਗ ਨਾਲ ਉਹਨਾਂ ਚਮਕੀਲੀਆਂ ਅੱਖਾਂ ਮੋٹے ਡੇਲੇ ਉਲਝੇ ਕਣੌਣੇ ਵਾਲ ਬਣਾਏ ਫਿਰ ਵੱਡੀਆਂ-ਵੱਡੀਆਂ ਨਾਸਾਂ ਬਣਾ ਕੇ ਚੂਨੇ 'ਚ ਕਾਲਾ ਰੰਗ ਰਲਾ ਕੇ ਉਹਨਾਂ ਨਾਸਾਂ 'ਚ ਧੂਆਂ ਜਿਹਾ ਕੱਢਿਆ ਪਲਾਂਛਣਾ 'ਚ ਇੱਕ ਡੈਣ ਦਾ ਰੂਪ ਜਾਂ ਚਿਹਰਾ ਕਟਵੀ ਤੇ ਫੈਲ ਗਿਆ ਫਿਰ ਬੇਜੀ ਨੇ ਡੈਣ ਦੇ ਬਾਤ ਵਿੱਚ ਛੁਰੀ ਨਾਲ ਮੂਰੀ ਕੀਤੀ ਇਕ ਲੰਮੀ ਸਾਰੀ ਲੱਕੜ ਦੀ ਜੀਬ ਬਣਾ ਕੇ ਉਹਨੂੰ ਗੇਰਵੇ ਰੰਗ ਚ ਭਿਉਂ ਕੇ ਬਾਜ ਚ ਟਕਾ ਦਿੰਦੀ। ਕਿੰਨਾ ਚਿਰ ਕਦੇ ਨੇੜਿਓਂ ਕਦੇ ਦੂਰੋਂ ਖੜੋ ਕੇ ਵੇਖੀ ਆਪਣੇ ਇਸ ਅਦਭੁਤ ਰਚਨਾ ਨੂੰ ਵੇਖਦੇ ਤੇ ਸਵਾਰਦੇ ਹੋਏ ਹੋਰ ਹੋਰ ਡਰਾਉਣੀ ਬਣਾਉਂਦੇ ਰਹੇ। ਫਿਰ ਉਹਨਾਂ ਸੇਬੇ ਨਾਲ ਕਟਵੀ ਬੰਨੀ ਤੇ ਪੌੜੀ ਖੜੀ ਕਰਕੇ ਵੇੜੇ ਚ ਨਵੇਂ ਉਸਰੇ ਕੋਠੇ ਤੇ ਮੱਥੇ ਤੇ ਲਟਕਾਤੀ। ਦੂਰੋਂ ਕਟਵੀ ਸੱਚਮੁੱਚ ਇੱਕ ਵਿਕਰਾਲ ਡੈਣ ਦਾ ਭੁਲੇਖਾ ਪਾਉਣ ਲੱਗੀ। ਜੋ ਆਨੇ ਟੱਡੀ ਜੀਬ ਲੰਮਕਾਈ ਕਿਸੇ ਨੂੰ ਖਾਣ ਵਾਸਤੇ ਲਲਚਾ ਰਹੀ ਹੋਏ। ਬੇਜੀ ਇਹਨੂੰ ਇੱਥੇ ਕਿਉਂ ਲਟਕਾਇਆ ਜੀ ਮੈਂ ਪੁੱਛਿਆ ਪੁੱਤਰਾ ਇਹਦੇ ਨਾਲ ਕੋਠਾ ਨੱਜ ਰਾੜਿਆ ਨਹੀਂ ਜਾਣਾ ਬੇਜੀ ਨੇ ਕਿਹਾ ਬਸ ਜਿਹੜਾ ਅਸਾਂ ਨੇ ਕੋਠੇ ਅਲ ਬੁਰੀ ਨਜ਼ਰ ਨਾਲ ਤੱਕ ਸੀ ਉਸਕੀ ਇਹ ਡੰਖਾਣੇ ਆਹਾਂ ਪੈਸੀ ਨਜ਼ਰ ਦਾ ਭਰਮ ਸਾਡੇ ਨਾਨਕੇ ਪਿੰਡ ਚ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੈ ਬੇਜੀ ਕਿਹਾ ਕਰਦੇ ਸੱਪੇ ਨਾਲ ਡੰਗਿਆ ਭਾਵੇਂ ਬਚਵਨ ਜਏ ਪਰ ਨਜ਼ਰਾਂ ਨਾਲ ਡੰਗਿਆ ਕਦੇ ਨਹੀਂ ਬਚਣਾ ਨਜ਼ਰਾਂ ਕੀ ਵਾਰੇ ਜਿੱਥੇ ਕਿਦਰੇ ਟਿਕ ਵੰਜੇ ਉਥੇ ਆਪਣੇ ਸੇਕ ਨਾਲਪੜ ਮੱਜੇ ਕੱਢ ਛੋੜਨੀਏ ਤੇ ਨਾਨਾ ਜੀ ਦੱਸਿਆ ਕਰਦੇ ਕਿ ਪਹਿਲਾਂ ਮਨੁੱਖ ਦੀ ਨਜ਼ਰ ਨਹੀਂ ਸੀ ਹੁੰਦੀ ਆਦਮੀ ਅੰਦਰਲੀ ਸੋਝੀ ਨਾਲ ਹੀ ਸਭ ਕੁਝ ਜਾਣ ਲੈਂਦਾ ਸੀ ਪਰ ਦੁਨੀਆ ਦੇ ਰੰਗ ਰੂਪ ਚ ਕਿਸੇ ਦੀ ਵੀ ਕੋਈ ਦਿਲਚਸਪੀ ਨਹੀਂ ਸੀ ਤਾਂ ਬ੍ਰਹਮਾ ਨੇ ਪ੍ਰਾਣੀਆਂ ਦਾ ਦੁਨੀਆ ਚ ਮੋਹ ਜਗਾਉਣ ਵਾਸਤੇ ਨਜ਼ਰ ਪੈਦਾ ਕੀਤੀ ਉਹਨੇ ਸੂਰਜ ਨਾਲੋਂ ਦੋ ਕਿਰਨਾਂ ਤੋੜੀਆਂ ਤੇ ਦੋ ਤ੍ਰੇਲ ਤਪਕੀਆਂ ਦੁਆਲੇ ਧਾਗੇ ਚ ਬੁਲੇਟ ਕੇ ਪ੍ਰਾਣੀ ਦੇ ਮੱਥੇ 'ਚ ਗੜ ਦਿੱਤੀਆਂ ਜੋ ਅੱਖਾਂ ਦਾ ਰੂਪ ਧਾਰ ਕੇ ਚਮਕਣ ਲੱਗੀਆਂ ਤੇ ਜਦੋਂ ਅੱਖਾਂ 'ਚ ਰੋਸ਼ਨੀ ਆਈ ਤਾਂ ਮਨੁੱਖ ਦੀ ਅੰਦਰਲੀ ਅੱਖ ਬੁੱਝ ਗਈ। ਦਿਵਯ ਦ੍ਰਿਸ਼ਟੀ ਖੀਨ ਹੋ ਗਈ। ਬ੍ਰਹਮਾ ਨੇ ਮਨੁੱਖ ਨੂੰ ਅੱਖਾਂ ਦੇ ਕੇ ਕਿਹਾ ਸੂਰਜ ਦੀਆਂ ਰਿਸ਼ਮਾਂ ਤੋਂ ਬਣੀਆਂ ਹੋਣ ਕਰਕੇ ਤੇ ਤ੍ਰੇਲ ਤੁਪਕੇ 'ਚ ਪੁਰਚੀਆਂ ਹੋਣ ਸਦਕਾ ਨਜ਼ਰ 'ਚ ਸੂਰੇ ਦੀ ਤਪਸ਼ ਵੀ ਹੋਏਗੀ ਤੇ ਚੰਨ ਦੀ ਠੰਡਿਆਈ ਵੀ। ਤੇ ਜਦੋਂ ਇਹ ਸੂਰਜ ਵਾਂਗ ਭਖਣਗੀਆਂ ਤਾਂ ਪੱਥਰ ਪਾਟ ਜਾਣਗੇ। ਜਦੋਂ ਇਹ ਚੰਨ ਵਾਂਗ ਠੰਡ ਵਰਤਣਗੀਆਂ ਤਾਂ ਇਹਨਾਂ ਦਾ ਤਲਿਸਮ ਪ੍ਰੇਮ ਪਿੱਜਾ ਹੋਏਗਾ ਨਿਰਮਲ ਤੇ ਸੁਖਾਵਾਂ ਇਸ ਵਾਸਤੇ ਨਜ਼ਰ ਚ ਕਹਿਰ ਵੀ ਹੈ ਤੇ ਬਖਸ਼ਿਸ਼ ਵੀ ਸੋਹਣੀ ਚੀਜ਼ ਵਸਤ ਨੂੰ ਵੇਖ ਕੇ ਮਨ ਉਹਨੂੰ ਪ੍ਰਾਪਤ ਕਰਨਾ ਲੋਚਦਾ ਹੈ ਉਹਨੂੰ ਹੰਡਾਉਣ ਵਾਸਤੇ ਮਨ ਅੰਦਰ ਤਾਂਗ ਦੀਆਂ ਲਾਟਾਂ ਮਚਮਚ ਪੈਂਦੀਆਂ ਜੇ ਤਾਂ ਗੀਰਖਾ ਨੂੰ ਜਗਾ ਦੇ ਤਾਂ ਨਜ਼ਰ ਵਹਿਲੇ ਸੱਪ ਵਾਂਗ ਡੰਗਦੀ ਹੈ ਨਜ਼ਰ ਦੇ ਅਸਰ ਤੋਂ ਬਚਣ ਵਾਸਤੇ ਸੁੰਦਰਤਾ ਦੇ ਪ੍ਰਭਾਵ ਨੂੰ ਕਿਸੇ ਤਰ੍ਹਾਂ ਖੰਡਿਤ ਕਰਨਾ ਜ਼ਰੂਰੀ ਮੰਨਿਆ ਗਿਆ ਹੈ ਚਾਹੇ ਖੁਦ ਹੀ ਕਰ ਲੋ ਚਾਹੇ ਕਿਸੇ ਦੂਜੇ ਤੋਂ ਕਰਵਾ ਲੋ ਤੇ ਜੇ ਆਪ ਕਰਨਾ ਹੋਵੇ ਤਾਂ ਸੋਹਣੀ ਇਮਾਰਤ ਦੇ ਮੱਥੇ ਤੇ ਕਾਲੀ ਬਦਸੂਰਤ ਕਟਵੀ ਟੰਗ ਦਿਓ ਜੇ ਆਪ ਨਹੀਂ ਕਰੋਗੇ ਤਾਂ ਕਿਸੇ ਦੂਜੇ ਦੀ ਨਜ਼ਰ ਨੇ ਆਪਣੀ ਲਾਲਸਾ ਦੀ ਅੱਗ ਨਾਲ ਇਹਦੇ ਰੂਪ ਨੂੰ ਛੱਟ ਜਾਣਾ ਬਦਸੂਰਤ ਕਟਵੀ ਜਾਂ ਤਕੀਕੇ ਕਿਸੇ ਨੇ ਦਿਲ ਦੇ ਅੰਦਰ ਈਰਖਾ ਨਹੀਂ ਜਾਗਣੀ ਇਸੇ ਵਾਸਤੇ ਬਦ ਨਜ਼ਰ ਦਾ ਅਸਰ ਨਹੀਂ ਹੋਣਾ ਬੇਜੀ ਦੀ ਇਹ ਦਲੀਲ ਹਰੇਕ ਨੂੰ ਕਾਇਲ ਕਰ ਜਾਂਦੀ ਸੀ ਪੇਜੀ ਕਹਿੰਦੇ ਨਜ਼ਰ ਪੱਥਰ ਤੇ ਪੈ ਜਾਏ ਤਾਂ ਟੁਕੜੇ ਟੁਕੜੇ ਹੋ ਜਾਂਦਾ ਹੈ ਜੇ ਦੁੱਧ ਤੇ ਪੈ ਜਾਏ ਫਿੱਟ ਜਾਂਦਾ ਹੈ ਫੁੱਲ ਤੇ ਪੈ ਜਾਏ ਝੁਲਸ ਜਾਂਦਾ ਹੈ ਬੱਚੇ ਤੇ ਪੈ ਜਾਏ ਉਹਨੂੰ ਉਛਾਲੀਆਂ ਆਉਣ ਲੱਗਦੀਆਂ ਪਰ ਜਈ ਚੰਦਰੀ ਨਜ਼ਰ ਕਿਸੇ ਕਿਸੇ ਦੀ ਹੁੰਦੀ ਹੈ ਮਾਸੀ ਕੁੱਥੀ ਦੀ ਨਜ਼ਰ ਹੈ ਉਹ ਜੀ ਚੰਦਰੀ ਸੀ ਇੱਕ ਤਾਂ ਉਹਦਾ ਰੰਗ ਕਾਲਾ ਕਲੂਟਾ ਜਿਵੇਂ ਉਹਦੇ ਪਿੰਡੇ ਤੇ ਕਿਸੇ ਕਾਂ ਦੀ ਚਮੜੀ ਮੜਤੀ ਹੋਵੇ ਤੇ ਦੂਜਾ ਲੋਟੇ ਵਾਂਗ ਠੁੱਲੀ ਤੇ ਠਿਗਣੀ ਨਾਲੇ ਕੁੱਬ ਨਿਕਲਿਆ ਆ ਦੂਰੋਂ ਆਉਂਦੀ ਐ ਓਨ ਲੱਗਦੀ ਜਿਵੇਂ ਕਿਸੇ ਡਿੰਗ ਫੜਿੰਗੇ ਕਾਲੇ ਪੱਥਰ ਨੂੰ ਟੰਗਾਂ ਲੱਗੀਆਂ ਹੋਣ ਤੇ ਉੱਪਰ ਬਿੱਲੀ ਦਾ ਮੂੰਹ ਚ ਮੋੜ ਦਿੱਤਾ ਹੋਵੇ ਲੋਕਾਂ ਆ ਉਹਦਾ ਨਾਂ ਕਾਂਜੀ ਪਾਇਆ ਸੀ ਜਿਵੇਂ ਕਾਂਜੀ ਦੀ ਬੂੰਦ ਦੁੱਧ ਚ ਪੈ ਜਾਏ ਤੋ ਫਿੱਟ ਜਾਂਦਾ ਤੇ ਉਹ ਜੀ ਨਜ਼ਰ ਉਹਦੀ ਤੇਹੋ ਜੀ ਉਹਦੀ ਨਜ਼ਰ ਦੀ ਤਸਵੀਰ ਜਦੋਂ ਗਲੀ ਚੋਂ ਲੰਘਦੀ ਹੋਈ ਕਿਸੇ ਦੇ ਵੇੜੇ ਆ ਧਮਕਦੀ ਤਾਂ ਸੱਸ ਆਪਣੀ ਨੂੰ ਪੋਲੇ ਮੂੰਹ ਕਹਿੰਦੀ ਨੀ ਦੁੱਧ ਕੱਜੀ ਛੋੜ ਕਾਂਜੀ ਆਈ ਆ ਨਜ਼ਰ ਪਈ ਨਹੀਂ ਕਿ ਦੁੱਧ ਫਿੱਟਿਆ ਨਹੀਂ ਤੇ ਮਾਵਾਂ ਬੱਚਿਆਂ ਨੂੰ ਅੰਦਰਲੇ ਕੋਠੇ 'ਚ ਛੁਪਾ ਦਿੰਦੀਆਂ ਕਈ ਤਾਂ ਮੰਜੇ ਤੇ ਲਟਾ ਕੇ ਉੱਪਰ ਚੱਦਰ ਚੱਦਰ ਕਰਵਾ ਦਿੰਦੀਆਂ ਵਿਚਾਰਾ ਬਲ ਮੰਦੇ ਹੋ ਰਹਿਣਾ ਕੱਲੇ ਨਾ ਬਿਮਾਰ ਪਿਆ ਕਦੇ ਖੰਘ ਖਹਿੜਾ ਨਹੀਂ ਛੋੜਨੀ ਕਦੇ ਅੱਖਾਂ ਦੁਖਣ ਲੱਗਣੀਆਂ ਹਸ ਤੇ ਜੇ ਕਦੇ ਕਾਂਜੀ ਅਚਾਨਕ ਸਿਰ ਤੇ ਆ ਖੜੀ ਹੋਵੇ ਤਾਂ ਮਾਵਾਂ ਕੁਛੜ ਚੁੱਕੇ ਬਾਲ ਨੂੰ ਚੁੰਡੀਆਂ ਵੱਢ ਕੇ ਰਵਾ ਦਿੰਦੀਆਂ ਕਹਿੰਦੇ ਨੇ ਰੋਂਦੇ ਬੱਚੇ ਨੂੰ ਕਦੇ ਨਜ਼ਰ ਨਹੀਂ ਲੱਗਦੀ ਤੇ ਇੱਕ ਦਿਨ ਕਾਂਜੀ ਸਾਡੇ ਨਾਲ ਹੀ ਵੇੜੇ 'ਚ ਅਚਾਨਕ ਜਾ ਧਮਕੀ ਜਿਵੇਂ ਮਮਟੀ ਤੇ ਕੋਈ ਗਿੱਦਾ ਬੈਠੀ ਹੋਵੇ ਤੇ ਮਾਂ ਨੇ ਕੁਛੜ ਚੁੱਕੇ ਬੱਚੇ ਨੂੰ ਚੁੰਡੀ ਵੱਢ ਕੇ ਰਵਾ ਦਿੱਤਾ ਕਾਂਜੀ ਨੇ ਚੁੰਡੀ ਵੱਢਦਿਆਂ ਵੇਖ ਲਿਆ ਤੇ ਕਹਿਣ ਲਗੀ ਨਹੀਂ ਮੂਰਖੇ ਐਡਾ ਪਿਆਰਾ ਬਾਲ ਚੁੰਡੀ ਵੱਢ ਕੇ ਰਵਾ ਦਿੱਤਾਈ ਤੇ ਮੈਂ ਭੈੜੀ ਸਹੀ ਪਰ ਮੈਂਡੀ ਨਜ਼ਰ ਤੈਨ ਦੀ ਚੁੰਡੀ ਨਾਲੋਂ ਜ਼ਿਆਦਾ ਘਟਵੀ ਤਾਂ ਨਹੀਂ ਤੇ ਕਾਂਜੀ ਬੁੜਬੁੜ ਕਰਦੀ ਉੱਥੋਂ ਚਲੀ ਗਈ ਕਹਿੰਦੇ ਨੇ ਪੱਟ ਤੇ ਜਿੱਥੇ ਮਾਂ ਨੇ ਬੱਚੇ ਨੂੰ ਚੁੰਡੀ ਵੱਢੀ ਸੀ ਉਥਾਂ ਸੁੱਜ ਕੇ ਪੜੋ ਲਾਹੋਗੇ ਤੇ ਕਈ ਦਿਨ ਬੱਚਾ ਪੀੜ ਨਾਲ ਬਿਲਕਦਾ ਰਿਆ ਕਾਂਜੀ ਜਦੋਂ ਵੀ ਲੱਦੇ ਹਲਵਾਈ ਦੀ ਹੱਟੀ ਵੱਲ ਜਾਂਦੀ ਤਾਂ ਦੂਰੋਂ ਹੀ ਵੇਖ ਕੇ ਬੁੜਬੁੜਾਉਣ ਲੱਗਦਾ ਛੱਟ ਚੁਆਤੀ ਨਾਲੋਂ ਦੋ ਕੋਲੇ ਤੋੜ ਕੇ ਇੱਕ ਦੁੱਧ ਦੀ ਕੜਾਈ 'ਚ ਤੇ ਦੂਜਾ ਦਹੀਂ ਦੇ ਡੂੰਨੇ 'ਚ ਸੁੱਟ ਦਿੰਦਾ ਕਹਿੰਦੇ ਨੇ ਚਿੱਟੀ ਚੀਜ਼ ਨੂੰ ਨਜ਼ਰ ਛੇਤੀ ਲੱਗਦੀ ਐ ਤੇ ਕਿਸੇ ਦੀ ਅੱਖ 'ਚ ਪਈ ਨਹੀਂ ਕਿ ਨਜ਼ਰ ਆੜੀ ਗਈ ਗਈ ਨਹੀਂ ਕੋਲਾ ਸੁੱਟਣ ਨਾਲ ਉਹਦੀ ਅਖੰਡ ਸਫੈਦੀ ਗ੍ਰਹਿਣੀ ਜਾਂਦੀ ਐ ਤੇ ਗਰੱਸੀ ਹੋਈ ਵਸਤ ਨੂੰ ਨਜ਼ਰ ਕੀ ਆਖੇ ਇੱਕ ਦਿਨ ਕਾਂਜੀ ਨੇ ਹਲਵਾਈ ਨੂੰ ਦੁੱਧ 'ਚ ਕੋਲਾ ਸੁੱਟਦਿਆਂ ਵੇਖ ਲਿਆ ਅੱਖਾਂ ਲਾਲ ਅੰਗਾਰੇ ਹੋ ਗਈਆਂ ਤੇ ਨਥਣੇ ਗੁਬਾਰੇ ਵਾਂਗ ਫੁੱਲ ਗਏ ਘੁਰਦੀ ਕਹਿਣ ਲੱਗੀ ਦੁੱਧ ਚ ਤਕੋਣਾ ਸੁੱਟ ਲਿਆ ਆਪਣੀ ਇਸ ਗੋਗੜ ਤੇ ਵੀ ਕੋਲਾ ਰੱਖੀ ਕਿਨ ਮਤਾ ਕਿਦਰੇ ਨਜ਼ਰਾੜੀ ਵੰਜੀ ਥੋੜਾ ਖਾਦਾ ਕਰ ਦੁੱਧ ਚ ਪਾਣੀ ਪਾ ਪਾ ਕੇ ਲੋਕਾਂ ਨੂੰ ਕੀ ਲੁੱਟਣਾ ਰਹਿਣਾ ਤੇ ਲੋਕ ਆਖਦੇ ਨੇ ਤਰਕਾਲਾਂ ਵੇਲੇ ਲੱਦੇ ਦੇ ਪੇਟ 'ਚ ਉਹ ਸੂਲ ਉੱਠਿਆ ਕੇ ਰਹੇ ਮੱਛੀ ਵਾਂਗ ਫੜਿਕਣ ਲੱਗਾ ਪਹਿਲਾਂ ਪਿੰਡ ਦਾ ਹਕੀਮ ਆਇਆ ਪਰ ਉਹਦੀ ਕੋਈ ਦਵਾਈ ਕਾਰਗਰ ਨਾ ਹੋਈ ਫਿਰ ਉਹਨੂੰ ਜੇਲ੍ਹ માં ਲੈ ਕੇ ਜਾਣ ਲੱਗੇ ਤਾਂ ਕਿਸੇ ਬੁੱਢੀ ਨੇ ਸਲਾਹ ਦਿੱਤੀ ਕਾਂਜੀ ਕਲਜੀ ਵੀ ਏ ਉਹਦੀ ਗੱਲ ਪੱਥਰ ਤੇ ਲਕੀਰ ਏ ਇਹਦੇ ਪੇਟ ਨਾਲ ਕੋਲਾ ਬਨੋ ਉਸੇ ਵੇਲੇ ਸੂਤਰ ਨਾਲ ਕੋਲਾ ਬਨ ਕੇ ਉਹਦੀ ਗੋਗੜ ਨਾਲ ਬਲੇਟਿਆ ਗਿਆ ਕਹਿੰਦੇ ਨੇ ਤਰਕਾਲਾਂ ਤੱਕ ਠੰਡਾਰ ਪੈ ਗਈ ਪੁਰਾਣੇ ਵੇਲਿਆਂ 'ਚ ਸਵਰਨ ਜਾਤੀਆਂ ਦੇ Hindu ਕਮੀਆਂ ਕਮੀਨਾ ਤੇ ਪਛੜੇ ਵਰਗ ਦੇ ਲੋਕਾਂ ਦੀ ਨਜ਼ਰ ਨੂੰ ਭੁੱਖੀ ਹੋਣ ਕਰਕੇ ਵਿਅਰਲੀ ਮੰਨਦੇ ਸੀ ਇਹ ਧਾਰਨਾ ਹੁਣ ਤੱਕ ਚੱਲੀ ਆ ਰਹੀ ਐ ਛਾਣੀ ਕਿਆ ਕਰਦੀ ਭੁੱਖੀ ਨਜ਼ਰ ਤਾਂ ਸਮੂਲੜਾਈ ਨਿਗਲਵੇਂ ਨਹੀਂ ਐ ਕਮੀਆਂ ਕਮੀਨਾ ਨੇ ਕਦੇ ਕੁਝ ਡਿੱਠਾ ਤੇ ਹੋਣਾ ਨਹੀਂ ਤੇ ਨਾ ਚਾਜ ਨਾ ਕਪੜਾ ਲੱਤਾ ਨਾ ਚਾਜ ਨਾ ਖਾਣਾ ਪੀਣਾ ਇਹਨਾਂ ਨੇ ਨਜ਼ਰ ਚ ਗਿੱਦ ਨਹੀਂ ਭੁੱਖ ਹੋਣੀ ਦਜੋ ਮੁਰਦਾਰ ਵੀ ਨਹੀਂ ਛੋੜਨੀ ਕਮੀਆਂ ਦੀ ਨਜ਼ਰ ਖਾਣਨੀ ਚੀਜ਼ ਤੇ ਪਈ ਨਹੀਂ ਕਿ ਚੀਜ਼ ਖਾਣ ਜੋਗੀ ਰਹੀ ਨਹੀਂ ਤੇ ਛਾਣੀ ਤਾਂ ਕਮੀਨਾ ਦੀ ਨਜ਼ਰ ਤੋਂ ਇੰਨੀ ਤ੍ਰਬਕ ਦੀ ਸੀ ਕਿ ਇੱਕ ਵਾਰੋ ਕਟੋਰੇ ਚ ਖੀਰ ਪਾ ਕੇ ਖਾਣ ਲੱਗੀ ਕਿ ਉਪਰੋਂ ਨੈਣ ਆ ਗਈ ਤੇ ਨੈਣ ਦੀ ਨਜ਼ਰ ਪੈਂਦੇ ਸਰਸ਼ਾਣੀ ਦੌੜਦੀ ਹੋਈ ਖੀਰ ਅੰਦਰ ਸੋਫੇ 'ਚ ਨੰਗੀ ਧਾਰਾਈ ਨੈਣ ਦੇ ਜਾਨਮਗਰੋ ਜਦੋਂ ਸ਼ਾਣੀ ਨੇ ਖੀਰ ਦਾ ਛੰਨਾ ਖਾਣ ਵਾਸਤੇ ਚੁੱਕਿਆ ਤਾਂ ਵਿੱਚ ਦੋ ਮੱਖੀਆਂ ਪਈਆਂ ਤਰਨ ਆਖੇ ਨੈਣ ਦੀ ਨਜ਼ਰ ਲੱਗ ਗਈ ਏ ਤੇ ਨਜ਼ਰ ਪਰਾਇਆਂ ਦੀ ਨਹੀਂ ਆਪਣਿਆਂ ਦੀ ਵੀ ਲੱਗਦੀ ਏ ਕਈ ਵਾਰ ਜਦੋਂ ਭਾਬੀ ਜੀ ਮੇਰੇ ਛੋਟੇ ਭਰਾ ਨੂੰ ਨਵਾ ਧਵਾ ਕੇ ਸੰਵਾਰਦੇ ਤਾਂ ਗੁਬਲਾ ਜਿਹਾ ਪਿਆਰਾ ਲੱਗਦਾ 베ਜੀ ਤੱਕ ਦੇ ਸਰ ਬੋਲ ਪੈਂਦੇ ਨੀ ਇਹਦੇ ਮੱਥੇ ਤੇ ਸੁਰਮੇ ਨਾਲ ਕਾਲਾ ਟਿੱਕਾ ਲਾਈ ਛੋੜ ਆਪਣੀ ਨਜ਼ਰ ਵੀ ਲਗਣੋਂ ਨਹੀਂ ਰਹਿਨੀ ਤੇ ਆਪਣੀ ਨਜ਼ਰ ਤਪਰਾਈ ਨਾਲੋਂ ਵੀ ਬੁਰੀ ਤੇ ਫਿਰ ਬੇਜੀ ਖੁਦ ਹੀ ਉੱਠ ਕੇ ਸੁਰਮੇਦਾਨੀ ਚ ਸੁਰਮੂਚੂ ਫੇਰ ਕੇ ਇੱਕ ਸਲਾਈ ਬੱਚੇ ਦੇ ਮੱਥੇ ਤੇ ਲਗਾ ਦਿੰਦੇ। ਨਜ਼ਰ ਤੋਂ ਬਚਾਓ ਲਈ ਕਈ ਹੋਰ ਉਪਾਅ ਵੀ ਕੀਤੇ ਜਾਂਦੇ ਹਨ। ਕਈ ਮਾਵਾਂ ਇੱਕ ਦਰਖਤ ਦਾ ਬੀਜ ਨਜ਼ਰਬੱਟੂ ਕਾਲੇ ਧਾਗੇ ਚ ਪਰੋ ਕੇ ਬੱਚਿਆਂ ਦੇ ਗਲ ਲਟਕਾ ਦਿੰਦੀਆਂ ਹਨ। ਕਹਿੰਦੇ ਨੇ ਇਸ ਬੀਜ ਚ ਬਦ ਨਜ਼ਰ ਨੂੰ ਆਪਣੇ ਚ ਜਜ਼ਬ ਕਰ ਲੈਣ ਦਾ ਵਸ ਹੈ। ਕਈ ਥੀਵੀਆਂ ਨਜ਼ਰ ਤੋਂ ਰੱਖਿਆ ਲਈ ਬੱਚਿਆਂ ਦੇ ਗਲ ਚ ਖੋਗੇ ਜਾਂ ਕੋਡੀਆਂ ਪਾ ਦਿੰਦੀਆਂ ਹਨ। ਜੇ ਕੋਈ ਕਰੂਰ ਨਜ਼ਰ ਪਏ ਤਾਂ ਕੋਡੀ ਤੜਕ ਜਾਂਦੀ ਨਜ਼ਰ ਨਹੀਂ ਲੱਗਦੀ ਬੱਚੇ ਨੂੰ ਨਜ਼ਰ ਲੱਗ ਜਾਏ ਤਾਂ ਉਹ ਤਾਰਨ ਵਾਸਤੇ ਕਈ ਤਰ੍ਹਾਂ ਦੇ ਉਪਾਅ ਕੀਤੇ ਜਾਂਦੇ ਨੇ ਭਾਬੀ ਜੀ ਤਾਂ ਸੱਤ ਲਾਲ ਮਿਰਚਾਂ ਹਰੀਆਂ ਢੰਨੀਆਂ ਸਮੇਤ ਲੈ ਕੇ ਨਜ਼ਰਾੜੇ ਬੱਚੇ ਦੇ ਸਿਰ ਤੋਂ ਨਿਸਾਏ ਬਿਨਾ ਸਾਲਾਏ ਤਿੰਨ ਦਫਾ ਵਾਰ ਕੇ ਅੱਗ 'ਚ ਸੁੱਟ ਦਿੰਦੇ ਤੇ ਜੇ ਨਜ਼ਰ ਲੱਗੀ ਹੋਵੇ ਤਾਂ ਮਿਰਚਾਂ ਬਦਬੂ ਨਹੀਂ ਦਿੰਦੀਆਂ ਧੁਖਦੀਆਂ ਮਿਰਚਾਂ ਤੋਂ ਅੰਦਾਜ਼ਾ ਲਗਾ ਲਿਆ ਜਾਂਦਾ ਕਿ ਬੱਚੇ ਨੂੰ ਨਜ਼ਰ ਲੱਗੀ ਹੈ ਕਿ ਐਵੇਂ ਅੜੀ ਕਰਦਾ ਪਰ ਨਾਨੀ ਜੀ ਮਿਰਚਾਂ ਤੋਂ ਖਾਣ ਤੋਂ ਪਹਿਲਾਂ ਇਹ ਪੱਕ ਕਰਦੇ ਸੀ ਕਿ ਨਜ਼ਰ ਲੱਗੀ ਕਿ ਨਹੀਂ ਹੈ ਪਹਿਲਾਂ ਉਹ ਫਟਕੜੀ ਦਾ ਟੁਕੜਾ ਲੈ ਕੇ ਨਸਾਈ ਸਤਵਾਰੀ ਨਜ਼ਰਾੜੇ ਹੋਏ ਬੱਚੇ ਦੇ ਸਿਰ ਤੋਂ ਵਾਰਦੇ ਫਿਰ ਫਟਕੜੀ ਨੂੰ ਅੱਗ ਵਿੱਚ ਸੁੱਟ ਦਿੰਦੇ ਫਟਕੜੀ ਫੁੱਲ ਹੁੰਦੀ ਉਸ ਤੋਂ ਇੱਕ ਕਾਇਆ ਜੀ ਉੱਭਰ ਆਉਂਦੀ ਲੋਕਾਂ ਦੀ ਧਾਰਨਾ ਹੈ ਕਿ ਇਸ ਸ਼ਖਸ ਦੀ ਨਜ਼ਰ ਲੱਗੀ ਹੋਵੇ ਉਹਦੇ ਨੈਣ ਨਕਸ਼ ਤੇ ਚਿਹਰਾ ਮੋਰਾਇ ਨੰਬੇ ਨੂੰ ਫਟਕੜੀ ਤੇ ਉਕਰਿਆ ਜਾਂਦਾ ਹੈ ਪਛਾਣ ਲਈ ਨੈਣ ਨਕਸ਼ਾ ਤੋਂ ਅੰਦਾਜ਼ਾ ਲਾਇਆ ਜਾਂਦਾ ਜੇ ਬੁੱਲ ਮੋٹے ਹੁੰਦੇ ਤਾਂ ਲਾਜੋ ਦੀ ਨਜ਼ਰ ਲੱਗੀ ਸਮਝੀ ਜਾਂਦੀ ਜੇ ਨੱਕ ਮੋਟਾ ਹੁੰਦਾ ਤਾਂ ਬਿਮਲਾ ਦੀ ਕਿਉਂਕਿ ਲਾਜੋ ਦੇ ਬੁੱਲ ਮੋٹے ਸੀ ਤੇ ਬਿਮਲਾ ਦਾ ਨੱਕ ਜੇ ਠੋਡੀ ਛੋਟੀ ਹੁੰਦੀ ਤਾਂ ਦਿਯਾਲੀ ਤੇ ਸੰਦੇਹ ਹੁੰਦਾ ਜੇ ਅੱਖਾਂ ਚੁੰਨੀਆਂ ਹੁੰਦੀਆਂ ਤਾਂ ਰਾਮ ਰੱਖੀ ਤੇ ਜਦੋਂ ਮਹਾਂਦਰਾ ਪਛਾਣਿਆ ਜਾਂਦਾ ਤਾਂ ਕਿਸੇ ਤਰ੍ਹਾਂ ਉਸ ਤ੍ਰੀਮਤੀ ਪੈਰਾਂ ਦੀ ਮਿੱਟੀ ਨਜ਼ਰਾੜੇ ਬੱਚੇ ਦੇ ਸਿਰ ਤੋਂ ਵਾਰੀ ਜਾਂਦੀ ਤੇ ਮਿਰਚਾਂ ਸਮੇਤ ਅੱਗ ਚ ਸੁੱਟੀ ਜਾਂਦੀ ਪਰ ਜੇ ਨੈਂ ਨਕਸ਼ ਪਛਾਣੇ ਨਾ ਜਾਂਦੇ ਤੇ ਚੌਰਾਹੇ ਉੱਤੇ ਉਹ ਫੁੱਲ ਕੀਤੀ ਫਟਕੜੀ ਰੱਖ ਕੇ ਉਪਰੋਂ ਸੱਤ ਜੁੱਤੀਆਂ ਮਾਰੀਆਂ ਜਾਂਦੀਆਂ ਨਾਲੋਂ ਨਾਲ ਕਹਿੰਦੇ ਜੁੱਤੀਆਂ ਦੀ ਮਾਰ ਨਜ਼ਰ ਗਈ ਪਾਰ ਹੋ ਗਈ ਹੋ ਗਈ ਕਈ ਮਾਵਾਂ ਹਰਮਲ ਤੁਖਾ ਕੇ ਉਹਦਾ ਧੂਆਂ ਨਜ਼ਰਾੜੇ ਬੱਚੇ ਨੂੰ ਦਿੰਦੀਆਂ ਕਈ ਵਾਰ ਮਿਰਚਾਂ ਵਾਰਨ ਵੇਲੇ ਸਿਆਰੀ ਪੜੀ ਜਾਂਦੀ ਜਿਸ ਤੇ ਨਜ਼ਰ ਲਗਾਉਣ ਵਾਲੀ ਤੀਵੀ ਨੂੰ ਲਾਹਨਤ ਬੁਲਾ ਮਤ ਪਾਈ ਜਾਂਦੀ ਸਿਆਰੀ ਚੱਕ ਮਾਰੀ ਸਿਰ ਮੁੰਨ ਕੇ ਖੋਤੀ ਚਾੜੀ ਜਿਹੜੀ ਰੰਨ ਨਜ਼ਰ ਕਰੇ ਛੋਟੇ ਮਰੇ ਜਿਹੜੀ ਰਨ ਟੱਕ ਕੇ ਉਹਦੇ ਸਵਾਹ ਪਾਵੇ ਪਾਉ ਛਾਟੇ ਨਜ਼ਰ ਉੜਦੀ ਗਈ ਦੋ ਟੰਗਾਂ ਵਿੱਚੋਂ ਗਈ ਜੇ ਕਿਸੇ ਬੱਚੇ ਨੂੰ ਕਰੜੀ ਨਜ਼ਰ ਲੱਗੀ ਹੋਵੇ ਤੇ ਸੱਤ ਹੀਲੇ ਕਰ ਗੁਜ਼ਰਨ ਤੇ ਵੀ ਨਾ ਉਤਰੇ ਤਾਂ ਗੁਰਦੁਆਰੇ ਦੇ ਝਾੜੂ ਨਾਲ ਬੱਚੇ ਦੀ ਪਿੱਟ ਕਰੋਈ ਜਾਂਦੀ ਅਜਿਹਾ ਤਿੰਨ ਵਾਰ ਸਵੇਰੇ ਦੁਪਹਿਰੀ ਤੇ ਸ਼ਾਮ ਕਰਨ ਨਾਲ ਨਜ਼ਰ ਉਤਰ ਜਾਂਦੀ ਬੁਹਾਰੀ ਚ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਹੁੰਦੀ ਤੇ ਉਹਦੀ ਬਰਕਤ صدਕਾ ਨਜ਼ਰ ਉਤਰ ਜਾਂਦੀ ਨਜ਼ਰ ਤੋਂ ਰੱਖਿਆ ਵਾਸਤੇ ਪਿੰਡ ਦੇ ਮੁਸਲਮਾਨਾਂ 'ਚ ਸਦਕੇ ਦਾ ਰਵਾਜ ਹੈ ਸਦਕੇ ਵੇਲੇ ਇਸ ਸ਼ਖਸ ਦਾ ਸਦਕਾ ਲੈਣਾ ਹੋਵੇ ਉਹਦੇ ਸਿਰ ਤੇ ਦੋਵੇਂ ਹੱਥ ਵਾਰ ਕੇ ਉਹਦੀਆਂ ਬਲਾਵਾਂ ਆਪਣੀ ਮੁੱਠ 'ਚ ਉਟ ਕੇ ਦੋਹਾਂ ਮੁੱਠਾਂ ਨੂੰ ਆਪਣੀਆਂ ਪੁਰਪੁੜੀਆਂ ਤੇ ਟਿਕਾ ਕੇ ਖੋਲ ਦਿੱਤਾ ਜਾਂਦਾ ਹਿੰਦੂਆਂ ਸਿੱਖਾਂ 'ਚ ਸਦਕੇ ਦੀ ਥਾਂ ਸਿਰ ਵਰਨੇ ਦੀ ਰੀਤ ਹੈ ਸਿਰ ਤੋਂ ਅੰਨ ਸਤਨਾਜਾ ਰੁਪਏ ਜਾਂ ਬਸਤਰਾ ਆਦਿ ਵਾਰ ਕੇ ਗਰੀਬ ਗੁਰਬੇ 'ਚ ਵੰਡ ਦਿੱਤੇ ਜਾਂਦੇ ਆ ਇਸ ਤਰ੍ਹਾਂ ਬਲਾਵਾਂ ਰੱਦ ਹੋ ਜਾਂਦੀਆਂ ਹੱਟੀ ਨੂੰ ਨਜ਼ਰ ਤੋਂ ਬਚਾਉਣ ਲਈ ਦਰਵਾਜ਼ੇ ਦੀ ਸਰਦਲ ਨਾਲ ਸੱਤ ਹਰੀਆਂ ਮਿਰਚਾਂ ਤੇ ਇੱਕ ਨਿੰਬੂ ਧਾਗੇ 'ਚ ਪੂਰੋ ਕੇ ਲਟਕਾ ਦਿੱਤਾ ਜਾਂਦਾ ਹੈ ਖਟਾਈ ਤੇ ਮਿਰਚਾਂ ਦੇ ਸਾਹਮਣੇ ਨਜ਼ਰ ਠਹਿਰ ਨਹੀਂ ਸਕਦੇ ਧੰਨਵਾਦ ਅਗਲਾ ਅੰਗ ਹੈ ਮਾਸੀ ਮੈਨਾ ਦਾ ਵਿਆਹ ਸਾਡੇ ਨਾਨਕੇ ਘਰ ਤੋਂ ਰਤਾਪਰੇਡੀ ਇੱਕ ਵੱਡੀ ਸਾਰੀ ਹਵੇਲੀ ਸੀ ਜਿਹਦੇ ਅੰਦਰ ਸੁਨਿਆਰਿਆਂ ਦੇ ਕਈ ਘਰ ਵਸੇ ਹੋਏ ਸੀ ਵਿੱਚ ਘਾਰ ਮੋਕਲਾ ਵੇੜਾ ਤੇ ਆਲੇ ਦੁਆਲੇ ਕੋਠੇ ਉਸਰੇ ਹੋਏ ਸਾਡਾ ਉਹਨਾਂ ਘਰਾਂ ਨਾਲ ਵਰਤਨ ਵਰਤਾਰਾ ਹੋਣ ਕਰਕੇ ਆਉਣਾ ਜਾਣਾ ਰਹਿੰਦਾ ਕਈ ਵਾਰ ਮੈਂ ਲੁਕਣ ਮਿੱਟੀ ਖੇਡਦਾ ਹਵਾਲੀ ਹਵੇਲੀ 'ਚ ਜਾਂ ਛੁਪਦਾ। ਛੁੱਟੀਆਂ ਦੇ ਦਿਨੀ ਮੈਂ ਇੱਕ ਵਾਰ ਖੇਡਦਾ ਹੋਇਆ ਸੁਨਹਿਰੀਆਂ ਦੀ ਹਵੇਲੀ 'ਚ ਲੰਘ ਗਿਆ। ਉੱਥੇ ਇੱਕ ਕਮਰੇ ਦੇ ਬਾਹਰ ਮੈਂ ਪਿੰਜਰੇ 'ਚ ਮੈਨਾ ਟੰਗੀ ਵੇਖੀ। ਜਿਵੇਂ ਚੈਕ ਦੀ ਸੀ ਜਿਵੇਂ ਕੋਈ ਵਿਜੋਗਣ ਆਪਣੇ ਪ੍ਰੀਤਮ ਲਈ ਤਾਂਗ ਰਹੀ ਹੋਵੇ। ਮੈਂ ਉਹਦੀ ਚੈਕ ਵਿੱਚ ਗਵਾਚ ਗਿਆ। ਫਿਰ ਕੋਲ ਬੈਠੀ ਇੱਕ ਬੁੱਢੇ ਨੂੰ ਪੁੱਛਿਆ। ਇਹਨੂੰ ਪਿੰਜਰੇ 'ਚ ਕਿਉਂ ਢੱਕਿਆ ਜੀ? ਮੈਨੂੰ ਲੱਗਾ ਜਿਵੇਂ ਉਹ ਮੈਨਾ ਹਵਾ 'ਚ ਤਾਰੀਆਂ ਭਰਨ ਲਈ ਸਹਿਕ ਰਹੀ ਹੋਵੇ। ਹੇ ਟੰਡੀ ਮਾਸੀ ਇਹ ਬੱਚਿਆ ਬੁੱਢੀ ਨੇ ਲਾਡ ਨਾਲ ਮੇਰੀ ਪਿੱਠ ਤੇ ਹੱਥ ਫੇਰਦੇ ਆ ਕਿ ਇਸ ਨਾਲ ਵਿਆਹ ਕਾਦਸੀਆਂ ਹੋ ਰਿਹਾ ਹੈ ਕਿਹਦੇ ਨਾਲ ਮੈਂ ਹੈਰਾਨੀ ਨਾਲ ਪੁੱਛਿਆ RAM ਦੁਲਾਰੇ ਨਾਲ ਤੂੰ ਵੀ ਵਿਆਹ ਤੇ ਆਵੇਂ RAM ਦੁਲਾਰਾ ਸੁਨੇਹਰਾ ਵੀ ਉਸੇ ਹਾਤੇ 'ਚ 4-5 ਕੋਠੇ ਛੱਡ ਕੇ ਰਹਿੰਦਾ ਸੀ ਮੈਂ ਹੈਰਾਨ ਹੋਇਆ ਬੁੱਢੀ ਵਾਲੇ ਨੂੰ ਬਿਟ ਬਿਟ ਵੇਖਣ ਲੱਗਾ ਜਿਵੇਂ ਉਹ ਕਿਸੇ ਦੂਜੇ ਦੇਸ਼ ਤੋਂ ਆਈ ਹੋਵੇ ਤੇ ਮੈਨੂੰ ਕੋਈ ਪਰੀ ਕਹਾਣੀ ਸੁਣਾ ਰਿਹਾ ਹੋਵੇ ਮੈਂ ਨਾ ਮੇਰੀ ਮਾਸੀ ਕਿਵੇਂ ਹੋਈ ਤੇ ਇਹਦਾ ਵਿਆਹ RAM ਦੁਲਾਰੇ ਨਾਲ ਕਿਉਂ ਹੋ ਰਿਹਾ ਮੈਂ ਤਾਂ ਮੁੰਡਿਆਂ ਦੇ ਵਿਆਹ ਕੁੜੀਆਂ ਨਾਲ ਹੁੰਦੇ ਵੇਖੇ ਨੇ ਚਿੜੀਆਂ ਕਾਵਾਂ ਨਾਲ ਨਹੀਂ ਇਹਨਾਂ ਸੋਚਾਂ ਚ ਡੁੱਬਾ ਮੈਂ ਘਰ ਵੱਲ ਤੁਰ ਪਿਆ ਘਰ ਜਾ ਕੇ ਮੈਂ ਬੀਜੀ ਤੋਂ ਸਾਰੀ ਗੱਲ ਪੁੱਛੀ ਉਹ ਹੱਸ ਪਏ ਤੇ ਮੈਨੂੰ ਗੱਲ ਸਮਝਾਉਣ ਲੱਗੇ RAM ਦੁਲਾਰੇ ਦੀ ਪਹਿਲੀ ਵੋਟੀ ਦੇ ਬੱਚਾ ਹੋਣ ਵਾਲਾ ਸੀ ਕਿ ਉਹਨੂੰ ਸ਼ੂਕ ਦਾ ਤਾਪ ਚੜ ਗਿਆ ਤੇ ਉਹ ਚੱਲ ਵਸੀ ਕਹਿੰਦੇ ਨੇ ਕਿ ਗਰਭਵਤੀ ਔਰਤ ਮਰਨ ਮਗਰੋਂ ਭੂਤਨੀ ਬਣ ਕੇ ਘਰਦਿਆਂ ਨੂੰ ਬੜਾ ਸੰਤਾਪ ਦਿੰਦੀ ਏ RAM ਦੁਲਾਰੇ ਦੂਜਾ ਵਿਆਹ ਕਰਨਾ ਚਾਹੁੰਦਾ ਹੈ ਜੈਹੀ ਭੂਤਨੀ ਅਜੇ ਹੀ ਆਪਣੀ ਸੰਕਣ ਦੇ ਹਮੇਸ਼ਾ ਖੜੇ ਪਈ ਰਹਿੰਦੀ ਏ ਇਸ ਵਾਸਤੇ ਰਾਮ ਦੁਲਾਰੇ ਦੀ ਮਾਂ ਨੇ ਆਪਣੀ ਇੱਕ ਸਹੇਲੀ ਨੂੰ ਮੈਨਾ ਪਾਲਣ ਵਾਸਤੇ ਆਖਿਆ ਉਹ ਬੁੱਢੀ ਮੈਨਾ ਨੂੰ ਧੀ ਕਰਕੇ ਪਾਲ ਰਹੀ ਏ ਤੇ ਪਿੰਡ ਦੀ ਧੀ ਧਿਆਣੀ ਹੋਣ ਕਰਕੇ ਮੈਨਾ ਤੇਰੀ ਮਾਸੀ ਲੱਗੀ ਪਰ ਮੈਨਾ ਰੋਟੀ ਕਿਵੇਂ ਪਕਾਸੀ ਘਰ ਦਾ ਕੰਮ ਕਿਵੇਂ ਕਰਸੀ ਮਹਿਰਾਨੋ ਕੇ ਪੁੱਛਿਆ ਉਹ ਤਾਂ ਚਿਕਨ ਫੁਦਕਣ ਤੋਂ ਸਿਵਾ ਕੁਝ ਵੀ ਨਹੀਂ ਕਰ ਸਕਦੀ ਕਾਦਸ਼ੀਆਂ ਵਿਆਹ ਆਏ ਤੂੰ ਅੱਖੀ ਵੇਖ ਕਿੰਨੀ ਬੇਜੀ ਨੇ ਗਲ ਮੁਕਾੰਦਿਆਂ ਕਿਹਾ ਇਹ ਤਾਂ ਝੂਠਾ ਵਿਆਹ ਹੁੰਨਾ ਸੱਚਾ ਨਹੀਂ ਦਮੈ ਕਾਜੀ ਉਡੀਕਣ ਲੱਗਾ ਉਸ ਦਿਨ ਸਵੇਰ ਤੋਂ ਹੀ ਮੈਂ ਸੁਨਿਆਰਿਆਂ ਦੇ ਹਾੱਤੇ ਦੇ ਚੱਕਰ ਕੱਟਣ ਲੱਗਾ ਪਤਾ ਚੱਲਿਆ ਵਿਆਹ ਤਾਰਿਆਂ ਦੀ ਛਾਵੇਂ ਹੋਏਗਾ ਮਹੱਲੇ ਦੇ ਹੋਰ ਲੋਕਾਂ ਨਾਲ ਮੈਂ ਵੀ ਤਮਾਸ਼ਾ ਵੇਖਣ ਗਿਆ ਕਾਫੀ ਰੌਣਕ ਸੀ ਫਰੋਤ ਨੇ ਵੇਦੀ ਬਣਾਈ ਤੇ ਫਿਰ ਰਾਮ ਦੁਲਾਰੇ ਨੇ ਮੈਨਾ ਨਾਲ ਫੇਰੇ ਲੈਣੇ ਸ਼ੁਰੂ ਕੀਤੇ ਮੈਨਾ ਦੇ ਗਲ 'ਚ ਮੋਤੀਆਂ ਦੀ ਗਾਨੀ ਸੀ ਖੰਭਾਂ ਉੱਤੇ ਮਹਿੰਦੀ ਦੀਆਂ ਟਿੰਕੜੀਆਂ ਚਮਕ ਰਹੀਆਂ ਸੀ ਤੇ ਪੈਰਾਂ 'ਚ ਝਾਂਜਰਾ ਵੱਧੀਆਂ ਆਇਆਂ ਸਜੀ ਸ਼ਿੰਗਾਰੀਆਂ ਲੱਗਦੀ ਸੀ ਜਿਵੇਂ ਪਰਦੇਸ਼ ਤੋਂ ਉਤਰੀ ਹੋਵੇ ਉਦੇ ਦੇ ਪੈਰ ਦੀ ਝਾਂਜਰ ਨਾਲ ਮੌਲੀ ਦਾ ਲੰਮਾ ਸਾਰਾ ਧਾਗਾ ਬੱਧਾ ਸੀ ਜਿਹਨੂੰ RAM ਦੁਲਾਰੇ ਨੇ ਆਪਣੇ ਗਲ 'ਚ ਲਟਕਾ ਕੇ ਸੱਜੇ ਹੱਥ ਨਾਲ ਫੜਿਆ ਸੀ ਮੈਨਾ RAM ਦੁਲਾਰੇ ਦੇ ਪਿੱਛੇ-ਪਿੱਛੇ ਟਪੂਸੀਆਂ ਦੀ ਪਰ ਪਰ ਦੀ ਤੁਰਦੀ ਗਈ ਪਰ ਜਦੋਂ ਮੈਨਾ ਨੂੰ ਅੱਗੇ ਤੋਰਨ ਲੱਗੇ ਤਾਂ ਬੜੀ ਦਿੱਕਤ ਪੇਸ਼ ਆਈ ਮਿਸ਼ਰਾਣੀ ਬਾਰ-ਬਾਰ ਉਹਨੂੰ ਸ਼ਿਸ਼ਕ ਕਰਦੀ ਤੇ ਅੱਗੇ ਵੱਲ ਧਕੇਲਦੀ ਨਾਲ-ਨਾਲ ਪੁਜੋਤ ਮੰਦਰ ਉਚ ਮੰਤਰ ਉਚਾਰਦਾਰੇ ਆ ਜਦੋਂ ਫੇਰੇ ਪੂਰੇ ਹੋ ਗਏ ਤੇ ਸਭਨਾਂ ਨੇ RAM ਦੁਲਾਰੇ ਨੂੰ ਵਧਾਈਆਂ ਦਿੱਤੀਆਂ ਫਿਰ RAM ਦੁਲਾਰੇ ਮੈਨਾ ਨਾਲ ਬੈਠ ਕੇ ਖਾਣਾ ਖਾਣ ਲੱਗਾ ਮੈਨਾ ਅੱਗੇ ਮਿਠਾਈ ਦਾ ਡੂਣਾ ਰੱਖਿਆ ਗਿਆ ਉਸ ਚੁੰਝਾਂ ਮਾਰਨ ਲੱਗੀ ਇਹ ਤੋਂ ਬਾਅਦ ਮੈਨਾ ਨੂੰ ਨਿੱਕੀ ਜੀ ਢੋਲੀ 'ਚ ਬਿਠਾ ਕੇ ਬਾਜੀਆਂ ਗਾਜੀਆਂ ਨਾਲ ਹਵੇਲੀ ਦਾ ਗੇੜਾ ਕੱਟ ਕੇ RAM ਦੁਲਾਰੇ ਆਪਣੇ ਘਰ ਲੈ ਗਿਆ ਮੈਨਾ ਦੇ ਸਿਰ ਵਾਰਨੇ ਕੀਤੇ ਗਏ ਪਾਣੀ ਵਾਰ-ਵਾਰ ਪੀਤਾ ਗਿਆ ਦਲੀਜ ਟੱਪਣ ਵੇਲੇ ਤੇਲ ਚੋਇਆ ਗਿਆ ਨਿੱਕੀਆਂ ਵੱਡੀਆਂ ਸਭ ਰਸਮਾਂ ਇਨ ਬਿਨ ਕੀਤੀਆਂ ਗਈਆਂ ਰਸਮਾਂ ਰੀਤਾ ਮੁਕਾ ਕੇ RAM ਦੁਲਾਰੇ ਦੀ ਬੁੱਢੀ ਮਾਂ ਨੇ ਮੈਨਾ ਨੂੰ ਆਪਣੀ ਦੋ ਹੱਥਾਂ 'ਚ ਫੜ ਕੇ ਇਹ ਟੱਪਾ ਤਿੰਨ ਵਾਰ ਉਚਾਰਿਆ ਮੈਨਾ ਆਈ ਵੀ ਆਈ ਤੇ ਸੌਂਕਣਾ ਚੜਾਈ ਮੈਨਾ ਤੰਡਾ ਝੜਾ ਸੌਂਕਣ ਨਾਲ ਆਪਣੀ ਬਲਾ ਖੁਦ ਹੀ ਟਾਲ ਫਿਰ ਮੈਂ ਇਹਨਾਂ ਨੂੰ ਹਵਾ 'ਚ ਖੁੱਲਾ ਛੱਡ ਦਿੱਤਾ ਗਿਆ ਪਿਛਲੇ ਕਈ ਦਿਨਾਂ ਤੋਂ ਪਿੰਜਰੇ 'ਚ ਪਈ ਰਹਿਣ ਕਰਕੇ ਮੈਨਾ ਦੇ ਖੰਭ ਉੱਡਣਾ ਭੁੱਲ ਗਏ ਸਨ ਇਸ ਵਾਸਤੇ ਨਿੱਕੀ ਜਿਹੀ ਉਡਾਰੀ ਭਰ ਕੇ ਬਨੇਰੇ ਤੇ ਜੱਡ ਗਈ ਤੇ ਖੰਭ ਫੜਕਾਉਣ ਲੱਗੀ ਇਹ ਤਾਂ ਚੰਗਾ ਸ਼ਗਨ ਹੈ RAM ਦੁਲਾਰੀ ਦੀ ਮਾਂ ਨੇ ਖੁਸ਼ੀ ਨਾਲ 扑ੜਕ ਦਿਆਂ ਗਿਆ ਬਸ ਜਾਣੋ ਸ਼ੌਂਕਣ ਨੇ ਬਸ ਜਾਣੂ ਸੌਕਣ ਨੇ ਮੈਨਾ ਦੀ ਮੈਨਾ ਕੀ ਦਬੋਚ ਕਿੱਦਾ ਅਗਲੇ ਦਿਨ RAM ਦੁਲਾਰੇ ਦੇ ਨਵੇਂ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਗਈਆਂ ਮੈਨੂੰ ਹੈਰਾਨ ਵੇਖ ਕੇ 베ਜੀ ਨੇ ਸਮਝਾਇਆ ਅਜੇ ਪੰਛੀ ਨੂੰ ਸੌਕਣ ਪੰਖੀ ਆਖਦੇ ਨੇ ਸੌਕਣਾ ਨਾਲ ਆਪੋ ਵਿੱਚ ਬੜਾ ਵੈਰ ਹੁੰਦਾ ਹੈ ਜੇ ਮਰੀ ਤੀਵੀ ਤੇ ਪਤੀ ਸੌਕਣ ਕੇ ਨਾ ਆਏ ਤਾਂ ਮੋਈ ਤੀਵੀ ਭੂਤਨੀ ਬਣ ਕੇ ਸੌਕਣਾ ਬੜੇ ਤਸੀਹੇ ਦਿੰਦੀ ਤੇ ਹੁਣ RAM ਦੁਲਾਰੇ ਨੀ ਮੋਈ ਤਰੀ ਮਤ ਮੈਨਾ ਹੀ ਕੀ ਆਪਣੀ ਸੌਂਕਣ ਸਮਝ ਕੇ ਉਹਦੇ ਖੇੜੇ ਪਈ ਰਹੀ ਸੀ ਤੇ ਆਪਣੀ ਅਸਲੀ ਸੌਂਕਣ ਜੀ ਦੇ ਨਾਲ RAM ਦੁਲਾਰੇ ਦਾ ਹੁਣ ਵਿਆਹ ਹੋ ਰਿਹਾ ਉਸ ਕੀ ਤੰਗ ਨਾ ਕਰਿਆ ਕਰ ਸੀ ਸੌਂਕਣਾ ਬਾਰੇ ਬੜੀਆਂ ਅਜੀਬ ਮਾਨਤਾਵਾਂ ਲੋਕ ਜੀਵਨ ਦਾ ਹਿੱਸਾ ਬਣੀਆਂ ਹੋਈਆਂ ਨੇ ਉਪਰੋਕਤ ਕਿਸਮ ਦੇ ਵਿਆਹ ਕੁਝ ਕੁ ਵਹਿਮੀ ਤੇ ਪਰੰਪਰਾਵਾਦੀ ਲੋਕਾਂ ਚ ਪ੍ਰਚਲਿਤ ਹਨ ਕੁਝ ਸਾਲ ਹੋਏ RAM ਦੁਲਾਰੇ ਦੀ ਚਾਚੀ ਮਰ ਗਈ ਚਾਚੇ ਨੇ ਛੇ ਮਹੀਨੇ ਅੰਦਰ ਦੂਜਾ ਵਿਆਹ ਬਰਾਦਰੀ ਦੀ ਇੱਕ ਕੁੜੀ ਸਭਰਾਈ ਨਾਲ ਕਰਵਾ ਲਿਆ ਤੇ ਕਹਿੰਦੇ ਨੇ ਮੋਈ ਸੰਕਣ ਸਭਰਾਈ ਦੇ ਅਜੇ ਖੜੇ ਪਈ ਕਿ ਜਾਨ ਲੈ ਕੇ ਛੁਟਕਾਰਾ ਕੀਤਾ ਸਭਰਾਈ ਕਹੇ ਮੇਰੇ ਸਰੀਰ ਚ ਚੰਗਿਆੜੀਆਂ ਨਿਕਲਦੀਆਂ ਨਹੀਂ ਜਿਵੇਂ ਕੋਈ ਤੱਤੀਆਂ ਸੀਖਾਂ ਦਾ ਤਕੜਾ ਤਾਂ ਕੇ ਜਿਸਮ ਚ ਖੋਬ ਰਿਹਾ ਹੋਵੇ ਕਹਿੰਦੇ ਨੇ ਜਿਸ ਦਿਨ ਸਭਰਾਈ ਵਿਆਹੀ ਹੋਈ ਆਈ ਉਹਦੇ ਦਾਜ ਦੇ ਰੰਗਲੇ ਚਰਖੇ ਦਾ ਤਕੜਾ ਗਾਇਬ ਸੀ ਇਹੋ ਤਕੜਾ ਮੋਈ ਸੰਕਣ ਦਾ ਪ੍ਰੇਤ ਚੁੱਲ੍ਹੇ 'ਚ ਗਰਮ ਕਰਕੇ ਸਭਰਾਈ ਦੇ ਸਰੀਰ 'ਚ ਚੁਭਾਉਂਦੀ ਤੇ ਜੇ ਕਦੇ ਚੁੱਲ੍ਹੇ ਚੱਗ ਨਾ ਬਲਦੀ ਤਾਂ ਉਹਦੇ ਜਿਸਮ ਨੂੰ ਕਦੇ ਕੁਝ ਨਹੀਂ ਸੀ ਹੁੰਦਾ। ਬਸ ਉਹਦਾ ਅੱਗ ਬਲਦੀ ਤੇ ਦਰਸ ਬਹਰਾਈ ਦੇ ਸਰੀਰ 'ਤੇ ਚੰਡਾ ਉੱਠਣ ਲੱਗਦੀ ਆ। ਸਾਸ ਆਖ ਦੀ ਸਹਰਾਈ ਦੇ ਪਿੰਡੇ ਤੇ ਉਹ ਸਾਫ ਛਾਲੇ ਵਿਖੇ ਸਨ ਜਿਵੇਂ ਤਤੀ ਸੀਖ ਨਾਲ ਪੈ ਜਾਂਦੇ ਨੇ ਤੇ ਅਖੀਰ ਇੱਕ ਦਿਨ ਚੰਗਰਾ ਮਰਦੀ ਠੰਡੀ ਹੋ ਗਈ। ਉਦੋਂ ਤੋਂ ਇਸ ਘਰ 'ਚ ਰੀਤ ਚੱਲ ਪਈ ਕਿ ਜੇ ਕਿਸੇ ਮਰਦ ਮਾਣੂ ਦੀ ਤ੍ਰਿਮਤ ਮਰ ਜਾਏ ਤਾਂ ਦੂਜਾ ਵਿਆਹ ਕਰਨ ਤੋਂ ਪਹਿਲਾਂ ਲਾਲੜੀ ਜਾਂ ਮੈਨਾ ਨਾਲ ਪੂਰੀਆਂ ਰਸਮਾਂ ਰੀਤਾਂ ਸਮੇਤ ਵਿਆਹ ਦਾ ਢੋਂਗ ਰਚਿਆ ਜਾਂਦਾ। ਮੋਈ ਸੰਕਰਨਾ ਕੋਈ ਰਾਵੀ ਨਹੀਂ ਲੰਘਿਆ ਜਾਂਦਾ। ਭਾਵੇਂ ਜਿਸ ਦਰਵਾਜ਼ੇ ਚ ਪਹਿਲਾਂ ਪਹਿਲੀ ਦੀ ਡੋਲੀ ਲੰਘ ਕੇ ਆਈ ਹੋਵੇ ਉੱਥੋਂ ਨਵੀਂ ਦੀ ਡੋਲੀ ਨਹੀਂ ਲੰਗਾਈ ਜਾਂਦੀ। ਜਿਸ ਦਲੀਸ ਤੇ ਪਹਿਲੇ ਵਾਸਤੇ ਤੇਲ ਚੋਇਆ ਹੁੰਦਾ ਉਥੇ ਦੂਜੀ ਲਈ ਨਹੀਂ। ਕਈ ਲੋਕ ਤਾਂ ਗਵਾਂਡੀਆਂ ਦਾ ਕੋਠਾ ਟਪਾ ਕੇ ਡੋਲੀ ਘਰ ਲੈਂਦੇ। ਮੇਰੇ ਨਾਨੀ ਜੀ ਵੀ ਦੂਜੀ ਥਾਂ ਤੇ ਸੰਤ ਤੇ ਉਹ ਦੱਸਿਆ ਕਰਦੇ ਕਿ ਉਹਨਾਂ ਦੀ ਡੋਲੀ ਘਰ ਦੀ ਇੱਕ ਕੰਧ ਤੋੜ ਕੇ ਮਘੋਰੇ ਵਿੱਚੋਂ ਲੰਗਾਈ ਗਈ ਤੇ ਸਿਰਵਾਰਨੇ ਘਰ ਦੀ ਬਾਹਰਲੀ ਦਲੀਸ ਦੀ ਥਾਂ ਸੂਫੇ ਦੀ ਦਲੀਸ ਤੇ ਕੀਤੇ ਗਏ। ਕਈ ਘਰਾਂ 'ਚ ਤਾਂ ਨਵੀਂ ਬੋਟੀ ਨੂੰ ਮੋਈ ਸੌਂਕਣ ਦੇ ਨਾਂ ਨਾਲ ਹੀ ਬੁਲਾਇਆ ਜਾਂਦਾ ਤਾਂ ਜੋ ਮੋਈ ਸੌਂਕਣ ਦਾ ਪ੍ਰੇਤ ਇਸ ਭਰਮ ਭਲਾ ਵਿੱਚ ਰਹੇ ਕਿ ਘਰ ਦੇ ਲੋਕ ਤਾਂ ਉਹਨੂੰ ਹੀ ਦਿਨ ਰਾਤ ਸਿਮਰਦੇ ਰਹਿੰਦੇ ਨੇ ਤੇ ਇਸ ਸੌਂਕਣ ਦਾ ਰੂਪ ਹੋ ਕੇ ਘਰ 'ਚ ਜਿਉਂ ਰਹੀ ਹੈ। ਕਈ ਘਰਾਂ 'ਚ ਸੌਂਕਣ ਸਿਲ ਪੂਜਣ ਦਾ ਰਵਾਜ ਹੈ ਇੱਕ ਲੰਮੀ ਪਤਲੀ ਜੀ ਸੇਲ ਉੱਪਰ ਸੌਂਕਣ ਦੇ ਨਾਂ ਨਕਸ਼ ਉੱਕਰ ਕੇ ਇਕ ਚਿੱਤਰ ਬਣਾ ਦਿੱਤਾ ਜਾਂਦਾ ਹੈ ਉਹਨੂੰ ਘਰ ਦੀ ਕਿਸੇ ਗੁੱਠੇ ਗੱਡ ਦਿੱਤਾ ਜਾਂਦਾ ਹੈ ਫਿਰ ਦੂਜੀ ਥਾਂ ਆਇ ਤ੍ਰਿਮਤ ਰੋਜ ਸਵੇਰੇ ਉੱਠ ਕੇ ਆਪਣੇ ਇਸ਼ਟ ਦੇ ਨਾਲ ਨਾਲ ਆਪਣੀ ਸੌਂਕੜ ਦੀ ਸੱਲ ਵੀ ਪੂਜਦੀ ਸੌਂਕੜ ਸੱਲ ਨੂੰ ਦੇਵੀ ਦੇਵਤਿਆਂ ਵਾਂਗ ਫਲ ਫੁੱਲ ਭੇਟ ਕੀਤੇ ਜਾਂਦੇ ਤੇ ਜਲ ਤਰਪਣ ਦਿੱਤਾ ਜਾਂਦਾ ਹੈ ਕਈ ਵਹਿਮੀ ਤੀਵੀਆਂ ਤਾਂ ਕੰਗੀ ਪੱਟੀ ਹਾਰ ਸ਼ਿੰਗਾਰ ਕਰਨ ਤੋਂ ਪਹਿਲਾਂ ਸੌਂਕੜ ਸੱਲ ਦੀ ਅੱਖ 'ਚੋ ਸੁਰਮਾ ਸਲਾਈ ਪਾਉਂਦੀਆਂ ਨੇ ਤਾਂ ਜੋ ਸੌਂਕੜ ਦੀ ਰੂਹ ਪਰਸੰਨ ਰਹੇ ਜਿਹੜੀ ਵੀ ਚੀਜ਼ ਵਸਤ ਘਰ ਚ ਨਹੀਂ ਪਕਾਈ ਜਾਂਦੀ ਉਹ ਪਹਿਲਾਂ ਸੌਂਕਣ ਦੀ ਭੇਟ ਵੱਜੋਂ ਸੇਲ ਨੂੰ ਛੁਵਾਈ ਜਾਂਦੀ ਫਿਰ ਖੁਦ ਮੂੰਹ ਲਗਾਈ ਜਾਂਦੀ ਨਵੇਂ ਕੱਪੜੇ ਪਹਿਲਾਂ ਸੇਲ ਨੂੰ ਛੋ ਕੇ ਫਿਰ ਖੁਦ ਪਹਿਨੇ ਜਾਂਦੇ ਜਿਵੇਂ ਉਹ ਸੌਂਕਣ ਦਾ ਉਤਾਰ ਹੀ ਹੰਡਾਰੀ ਹੋਵੇ ਪਿਛਲੀ ਗਲੀ ਚ ਇੱਕ ਤੀਵੀਂ ਕ੍ਰਿਸ਼ਨਾ ਰਹਿੰਦੀ ਸੀ ਜੋ ਦੂਜੀ ਥਾਂ ਆਈ ਹੋਈ ਸੀ ਉਹ ਆਪਣੇ ਗਲ ਚ ਹਮੇਸ਼ਾ ਸੌਂਕਣ ਮੋਹਰਾ ਲਟਕਾਈ ਰੱਖਦੀ ਕਿਸੇ ਪੱਥਰ ਪੱਤਰੇ ਉੱਤੇ ਸੌਂਕਣ ਦਾ ਚਿੱਤਰ ਉਕਰਵਾ ਕੇ ਉਹਨੂੰ ਚਾਂਦੀ ਤਾਂਬੇ ਦੀ ਡੱਬੀ ਚ ਮੜਵਾ ਕੇ ਡੱਬੀ ਨੂੰ ਕਾਲੇ ਧਾਗੇ ਚ ਪਰੋ ਕੇ ਗਲ ਚ ਲਟਕਾ ਲਿਆ ਜਾਂਦਾ। ਬਸ ਇਹੋ ਸੌਂਕਣ ਮੋਹਰਾ ਹੁੰਦਾ। ਕ੍ਰਿਸ਼ਨਾ ਇਸ ਮੋਹਰੇ ਦਾ ਇੱਕ ਪਲ ਵੀ ਵਸਾ ਨਹੀਂ ਸਿੱਖਾਂਦੀ। ਜਦੋਂ ਵੀ ਕੋਈ ਚੀਜ਼ ਨਵੀਂ ਕਰਨੀ ਹੁੰਦੀ ਜਾਂ ਨਵੇਂ ਬਸਤਰ ਪਹਿਨਣੇ ਹੁੰਦੇ ਪਹਿਲਾਂ ਸੌਂਕਣ ਮੋਰੀ ਨੂੰ ਛੂੰਹਦੀ ਕਹਿੰਦੀ ਖਾਈ ਲੈ ਲਾਈ ਲੈ ਮੈਂਡਾ ਵੀ ਹੰਡਾਈ ਲੈ ਨਜ਼ਰ ਸੋਲੀ ਹਰ ਬਲਾਟਲੀ। ਇੱਕ ਵਾਰ ਕ੍ਰਿਸ਼ਨਾ ਪੰਡਾਰੇ ਚ ਬੈਠੀ ਚਰਖਾ ਕੱਤ ਰਹੀ ਸੀ ਕਿ ਅਚਾਨਕ ਤਕਲਾ ਉਹਦੀ ਉਂਗਲੀ ਚ ਪੜ ਗਿਆ। ਲਹੂ ਦੀ ਤਤੀਰੀ ਛੁੱਟ ਗਈ। ਸਖੀਆਂ ਨੇ ਉਹਦੀ ਉਂਗਲ ਦੇ ਪਾਣੀ ਚ ਭਿਉਂ ਕੇ ਲੀਰ ਬੰਨੀ ਇੱਕ ਕੁੜੀ ਦੀ ਨਜ਼ਰ ਉਹਦੇ ਗਲਮੇ ਤੇ ਜਾ ਪਈ ਤੇ ਸੌਂਕਣ ਮੋਰਾ ਨਾ ਵੇਖ ਕੇ ਕਹਿਣ ਲੱਗੀ ਨਹੀਂ ਕ੍ਰਿਸ਼ਨਾ ਤੈਂਡਾ ਸੌਂਕਣ ਮੋਰਾ ਕਿੱਥੇ ਵੇ ਮੈਂ ਸਵੇਰੇ ਨਾਣ ਵੇਲੇ ਉਤਾਰਿਆ ਆ ਫਿਰ ਪਾਉਣਾ ਹੀ ਭੁੱਲ ਗਈ ਘਬرائی ਕ੍ਰਿਸ਼ਨਾ ਨੇ ਕਿਹਾ ਤੇ ਮੈਂ ਜਦੋਂ ਨਹੀਂ ਚਰਖੇ ਬੈਠੀ ਡਰ ਰਹੀ ਆ ਨਹੀਂ ਅਜੇ ਆ ਵਗਿਆ ਨਾ ਕਰਿਆ ਕਰ ਸੌਂਕਣ ਨਾ ਕੋਈ ਵਸਾ ਨਹੀਂ ਅੰਨਾ ਚਾਚੀ ਮੁੱਲਾ ਨੇ ਉਹਨੂੰ ਲਾਡ ਨਾਲ ਸਮਝਾਇਆ ਤੈਂਡਾ ਇਹ ਲੋ ਸੌਂਕਣ ਨਹੀਂ ਪੀਤਾ ਤੇ ਮੁਰ ਕ੍ਰਿਸ਼ਨਾ ਨੇ ਆਪਣੀ ਸੌਂਕਣ ਮੋਰੇ ਦਾ ਕਦੇ ਵਸਾ ਨਹੀਂ ਸਿੱਖਾਤਾ ਜੀਵਨ ਦੀ ਸੌਂਕਣ ਵੀ ਮੋਈ ਨਾਲੋਂ ਘੱਟ ਦੁਖਦਾਈ ਨਹੀਂ ਹੁੰਦੀ ਛੋਟੇ ਹੁੰਦਿਆਂ ਮੈਂ ਜਦੋਂ ਪਹਿਲੀ ਵਾਰ ਤਰਖਾਨ ਪੰਛੀ ਖੇਤਾਂ ਚੁੰਝਾਂ ਮਾਰਦੇ ਵੇਖਿਆ ਤਾਂ ਉਹਦੀ ਕਿੱਲ ਵਰਗੀ ਲੰਮੀ ਚੁੰਝ ਨੇ ਮੇਰਾ ਧਿਆਨ ਸੱਜੀ ਖਿੱਚ ਲਿਆ ਤਾਂ ਮੇਰੀ ਮਾਸੀ ਜੀ ਨੇ ਉਹਦੇ ਬਾਰੇ ਇੱਕ ਦਿਲਚਸਪ ਮੁੱਢੀ ਇਉਂ ਸੁਣਾਈ ਇੱਕ ਰਾਜੇ ਦੀਆਂ ਦੋ ਰਾਣੀਆਂ ਸੀ ਦੋਵੇਂ ਇੱਕ ਦੂਜੇ ਨਾਲ ਉੱਚੜਨਦੀਆਂ ਡੁੱਲ ਡੁੱਲ ਪੈਂਦਾ ਰੂਪ ਪਰ ਦੋਵਾਂ ਦਾ ਪੁੱਛ ਸੌਂਕਣ ਸਾੜਾ ਖੂਬ ਚੱਲਦਾ ਸੀ ਰਾਜਾ ਛੋਟੀ ਰਾਣੀ ਨਾਲ ਜ਼ਿਆਦਾ ਮੁਹੱਬਤ ਕਰਦਾ ਸੀ ਬਹੁਤਾ ਉਸੇ ਤੇ ਡੁੱਲਿਆ ਰਹਿੰਦਾ ਜਿਸ ਕਰਕੇ ਵੱਡੀ ਰਾਣੀ ਦੀ ਕਦਰ ਦਿਨ-ਬਦਨ ਘਟਦੀ ਜਾਂਦੀ ਸੀ ਇੱਕ ਵਾਰ ਰਾਜਾ ਕਿਤੇ ਦੇ ਪ੍ਰਦੇਸ਼ ਗਿਆ ਵੱਡੀ ਰਾਣੀ ਨੂੰ ਛੋਟੀ ਨਾਲ ਵੈਰ ਕਮਾਉਣ ਦਾ ਮੌਕਾ ਮਿਲ ਗਿਆ ਵੱਡੀ ਰਾਣੀ ਕਿਸੇ ਸਿਆਣੇ ਕੋਲ ਗਈ ਜਿਨੇ ਭੂਤ ਪ੍ਰੇਤ ਸਾਧਦੇ ਹੋਏ ਸੀ ਉਹਨੂੰ ਇੱਕ ਅਜਿਹਾ ਮੰਤਰ ਆਉਂਦਾ ਸੀ ਜਿਸ ਨਾਲ ਚੰਗਾ ਪਲਾ ਸ਼ਖਸ ਪਸ਼ੂ ਪੰਛੀ ਚ ਤਬਦੀਲ ਹੋ ਜਾਂਦਾ ਵੱਡੀ ਰਾਣੀ ਨੇ ਉਹਦੇ ਅੱਗੇ ਸ਼ਰਫੀਆਂ ਦੇ ਢੇਰ ਲਗਾ ਦਿੱਤੇ ਸਿਆਣੀ ਨੇ ਉਹਨੂੰ ਇੱਕ ਇੱਕ ਕਿਲ ਮੰਤਰ ਕੇ ਦਿੱਤੀ ਅਗਲੇ ਦਿਨ ਵੱਡੀ ਰਾਣੀ ਨੇ ਸਿਰ ਧੋ ਕੇ ਛੋਟੀ ਰਾਣੀ ਤੋਂ ਵਾਲ ਫਲਾਏ ਛੋਟੀ ਰਾਣੀ ਨੇ ਉਹਦੀ ਕੰਗੀ ਪੱਟੀ ਕੀਤੀ ਵੱਡੀ ਰਾਣੀ ਨੇ ਪਰਸਾਨ ਹੋ ਕੇ ਕਿਹਾ ਲੈ ਪੈਣੇ ਹੁਣ ਮੈਂ ਤੰਡਾ ਸਿਰ ਫੋਲਾ ਵੱਡੀ ਰਾਣੀ ਪਹਿਲਾਂ ਤੋਂ ਦਾ ਸਿਰ ਫੋਲਦੀ ਰਹੀ ਫਿਰ ਕੰਗੀ ਪੱਟੀ ਕਰਨ ਲਈ ਇੱਕਦਮ ਉਹਦੇ ਸਿਰ 'ਚ ਮੰਤਰੀ ਹੋਈ ਕਿਲ ਠੋਕ ਦਿੱਤੀ ਉਸੇ ਵੇਲੇ ਛੋਟੀ ਰਾਣੀ ਪੰਛੀ ਬਣ ਕੇ ਬਨੇਰੇ ਤੇ ਜਾ ਬੈਠੀ। ਛਟਕੂ ਮਗਰੋਂ ਵੱਡੀ ਰਾਣੀ ਨੇ ਸ਼ੋਰ ਮਚਾ ਦਿੱਤਾ ਕਿ ਛੋਟੀ ਰਾਣੀ ਇੱਕ ਸਦਾਗਰ ਨਾਲ ਉੱਦਲ ਗਈ ਹੈ। ਸਦਾਗਰ ਮਹਿਲਾਂ 'ਚ ਹੀਰੇ ਮੋਤੀ ਵੇਚਣ ਆਇਆ ਸੀ ਤੇ ਛੋਟੀ ਰਾਣੀ ਉਹਦੇ ਨਾਲ ਵੱਖਰੇ ਹੋ ਕੇ ਗੋਸ਼ੇ ਕਰਦੀ ਰਹੀ ਤੇ ਉਹ ਸੋਨਾ ਸੁਨੱਖਾ ਤੇ ਉੱਚੀ ਲੰਮੀ ਡੀਲ ਵਾਲਾ ਸੀ। ਛੋਟੀ ਰਾਣੀ ਦਾ ਦਿਲ ਭਰਮ ਗਿਆ ਪਰ ਛੋਟੀ ਰਾਣੀ ਤਰਖਾਨ ਪੰਛੀ ਦੇ ਰੂਪ 'ਚ ساری ਉਮਰ ਉਸ ਮਹਿਲ ਦਵਾਲੇ ਪਟਕਦੀ ਰਹੀ। ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਲੋਕ ਪਾਉਂਦੇ ਨੇ। ਅਗਲਾ ਲੇਖ ਹੈ ਰੁੱਖਾਂ ਦਾ ਸਫਰ ਸਾਡੀ ਨਾਨਕੀ ਹਵੇਲੀ ਦੇ ਅੰਦਰ ਹੀ ਕੰਬੀ ਦਾ ਬੂਟਾ ਸੀ ਜਿਹਨੂੰ ਕਦੇ ਕੋਈ ਫਲ ਨਹੀਂ ਸੀ ਪੈਂਦਾ ਮੈਨੂੰ ਅੰਬ ਬਹੁਤ ਚੰਗੇ ਲੱਗਦੇ ਸੀ ਚੂਸਿਆਂ ਗੁੱਦੇ ਨਾਲ ਮੂੰਹ 'ਚ ਮਿਠਾਸ ਘੁਲੀ ਰਹਿੰਦੀ ਮੇਰਾ ਜੀ ਕਰਦਾ ਦਰਖਤ ਨਾਲੋਂ ਖੁਦ ਅੰਬ ਤੋੜ ਕੇ ਚੂਸਾਂ ਪਰ ਮੇਰੀ ਪਹੁੰਚ ਵਿੱਚ ਇੱਕੋ ਇਹ ਇਹੋ ਅੰਬੀ ਸੀ ਤੇ ਉਹਨੂੰ ਫਲ ਹੀ ਨਹੀਂ ਸੀ ਪੈਂਦਾ ਚਾਚਾ ਜੀ ਇਸ ਬੂਟੇ 'ਕੀ ਅੰਬੀਆਂ ਕਿਉਂ ਨਹੀਂ ਪੈਂਦੀਆਂ ਮੈਂ ਨਾਨਾ ਜੀ ਤੋਂ ਪੁੱਛਿਆ ਪਹਿਲਾਂ ਪਹਿਲ ਦਰਖਤ ਜੀਮੀ ਅੰਦਰ ਗੱਡੇ ਹੋਏ ਨਹੀਂ ਹੋਨੇ ਐ ਇਹ ਨਾਨਾ ਜੀ ਹਰੇਕ ਚੀਜ਼ ਦੀ ਆਦ ਜ਼ੁਗਾਦ ਦੀ ਗੱਲ ਛੇੜ ਬੰਦੇ ਸੀ ਬਸ ਰੁਖ ਤੁਰਦੇ ਫਿਰਦੇ ਰਹਿਣੇ ਜਿੱਥੇ ਜੀ ਕੀਤਾ ਰਾਤੀ ਟਿੱਕੀ ਗਏ ਤੇ ਉਹਨਾਂ ਦੀਆਂ ਪਤਨੀਆਂ ਤੇ ਬੱਚੇ ਨਿੱਕੇ ਵੱਡੇ ਬੁੱਟੇ ਵੀ ਉਹਨਾਂ ਦੇ ਨਾਲ ਹੀ ਘੁੰਮਣੇ ਫਿਰਨੇ ਤੇ ਉਦੋਂ ਇਨਾਂ ਕੀ ਫਲ ਨਹੀਂ ਸੰਪੈਨੇ ਤੇ ਫਲ ਫੁੱਲ ਤਾਂ ਧਰਤੀ ਮਾਤਾ ਸਦਕਾ ਨੇ ਜਿਸ ਨੇ ਰਸਿਆ ਉਹ ਆਪਣੇ ਵਿੱਚ ਸੰਜੋਈ ਕੇ ਫਲਾਂ ਫੁੱਲਾਂ ਦੀ ਸ਼ਕਲ ਦੇਨੇ ਨਾ ਤੇ ਜਦੋਂ ਤੱਕ ਦਰਖਤ ਨਹੀਂ ਜੜ ਧਰਤੀ ਨਹੀਂ ਆਂਦਰਾ ਨਾਲ ਨਹੀਂ ਜੁੜਨੀ ਉਦੋਂ ਤੱਕ ਦਰਖਤੇ ਫਲ ਨਹੀਂ ਪੈਨੇ ਤਾਂ ਫਿਰ ਦਰਖਤਾ ਨਹੀਂ ਜੜ ਧਰਤੀ ਚ ਕਿਵੇਂ ਜਾ ਲਗੀ ਜਿਸ ਲਈ ਜ਼ਮੀਂ ਤੇ ਮਨੁੱਖ ਆ ਕੇ ਵਸਣ ਲੱਗਾ ਤਾਂ ਇੱਕ ਨੇ ਉਹ ਦਰਖਤਾਂ ਤੋਂ ਬੜਾ ਘਬਰਾਣਾ ਆ ਉਹ ਦਿਓ ਜਿਨ੍ਹਾਂ ਜਿਨ੍ਹਾਂ ਵਾਂਗੇ ਧਰ ਉਧਰ ਨੱਠੇ ਫਿਰਨੇ ਆ ਤੇ ਦੂਜੇ ਮਨੁੱਖ ਨੇ ਖਾਣੇ ਵਾਸਤੇ ਵੀ ਆਹਾਰ ਨਹੀਂ ਲੋੜਈ ਸੋ ਰੱਬ ਨੇ ਦਰਖਤਾਂ ਦੀ ਕਿ ਕਿਸੇ ਇੱਕ ਥਾਂ ਟਿਕ ਜਾਣੇ ਦਾ ਹੁਕਮ ਦਿੱਤਾ ਬਸ ਜਿੱਥੇ ਕਿਧਰੇ ਕੋਈ ਦਰਖਤ ਖੜਾ ਰਿਹਾ ਉੱਥੇ ਜ਼ਮੀਂ ਚ ਗੱਡਿਆ ਗਿਆ ਜਿਸ ਲਈ ਦਰਖਤਾਂ ਨੇ ਜੜ ਧਰਤੀ ਦੀਆਂ ਅੰਦਰਾਂ ਨਾਲ ਜੁੜੀ ਧਰਤੀ ਨੇ ਇਹਨਾਂ ਰੁੱਖਾਂ ਕੀ ਫਲ ਦੇਣ ਦੇ ਕਾਬਿਲ ਬਣਾਈ ਰੱਖ ਬਣਾਈ ਛੋੜਿਆ ਲੋਕ ਫਲ ਖਾ ਕੇ ਪੇਟ ਭਰਨ ਲੱਗੇ ਪਰ ਇਸ ਅੰਬੀਆਂ ਫਲ ਕਿਉਂ ਨਹੀਂ ਪੈਨੇ ਮੇਰੀ ਦਿਲਚਸਪੀ ਹਵੇਲੀ ਵਾਲੀ ਅੰਬੀ ਚ ਸੀ ਕਈ ਦਰਖਤਾਂ 'ਚ ਸਫਰ ਕਰਨ ਦੀ ਕਦੀ ਵੀ ਲਾਲਸਾ ਹਲੇ ਵੀ ਉੰਜੀ ਉੰਜੇ ਉਧਰ ਘਟਰਾਤੀ ਜੀਮੀ ਚੋਂ ਨਿਕਲ ਕੇ ਸੈਰ ਕਰਨੇ ਆਸਤੇ ਤੁਰ ਪੈਨੇ ਫਲ ਤਾਂ ਰਾਤ ਨੂੰ ਨਿੰਮਦੇ ਨੇ ਤੇ ਉਹਨਾਂ ਰੁੱਖਾਂ ਕੀ ਫਲ ਕਿਵੇਂ ਪੈਣ ਨਾਨਾ ਜੀ ਨੇ ਆਪਣੇ ਪੁਰਖਿਆਂ ਤੋਂ ਨਿੱਕੇ ਹੁੰਦਿਆਂ ਸੁਣਿਆ ਸੀ ਕਿ ਮੈਨੂੰ ਚਾਹ ਦੱਸਿਆ ਫੇਰੰਬੀਆਂ ਵੀ ਘੁੰਮਣ ਫਿਰਨ ਨੱਚਸਕਾ ਹੋਣਾ ਏ ਰਾਤੀ ਤੁਰਨੀ ਫੇਨਨੀ ਰਹਿਣੀ ਏ ਤੇ ਦਿਨ ਚੜਨ ਤੋਂ ਪਹਿਲਾਂ ਆਪਣੀ ਜਾਈ ਤੇ ਆ ਟਿਕਣੀ ਏ ਨਾਨਾ ਜੀ ਹੱਸ ਪਏ ਸ਼ਾਇਦ ਇਹ ਜਵਾਬ ਉਹਨਾਂ ਨੂੰ ਖੁਦ ਵੀ ਨਹੀਂ ਸੀ ਜੱਟਿਆ ਜਾਂ ਉਹਨਾਂ ਮੈਨੂੰ ਟਾਲਣਾ ਚਾਹਿਆ ਸੀ ਪਰ ਤੁਸੀਂ ਕਿਸੇ ਦਰਖਤ ਨੂੰ ਕਦੇ ਤੁਰਦਿਆਂ ਵੇਖਿਆ ਦਰਖਤਾਂ ਨੂੰ ਤੁਰਨਿਆ ਵੇਖਣਾ ਅੱਛਾ ਨਹੀਂ ਹੁੰਨਾ ਅਣਹੋਣੀ ਗੱਲ ਜੋ ਹੋਈ ਨਾਲੇ ਵੇਖੋ ਵੀ ਤਾਂ ਉੱਥੇ ਹੀ ਗੱਡੇ ਜਾਣੇ ਨੇ वैसे भी रात वेले درختਾਂ ਕੇ ਛੇੜਨਾ ਅੱਛਾ ਨਹੀਂ ਹੋਣਾ ਨਾਨਾ ਜੀ درختਾਂ ਬਾਰੇ ਮੈਨੂੰ ਬੜੀਆਂ ਸੁਆਦ ਲੀਆਂ ਗੱਲਾਂ ਸੁਣਾਉਂਦੇ ਰਹਿੰਦੇ ਜਦੋਂ ਵੀ ਮੇਰਾ ਧਿਆਨ ਨਾਨਾ ਜੀ ਵੱਲ ਜਾਂਦਾ ਮੈਨੂੰ ਸ਼ਰੀਂ ਦਾ ਦਰਖਤ ਯਾਦ ਆ ਜਾਂਦਾ ਪਿੰਡ ਚ ਉਹਨਾਂ ਦੀ ਹੱਟੀ ਸੀ ਜਿੱਦੇ ਬੂਏ ਅੱਗੇ ਸ਼ਰੀਂ ਦਾ ਦਰਖਤ ਲੱਗਾ ਸੀ ਉਹਦੇ ਨਾਲ ਕਦੇ ਫੁੱਲ ਪੈ ਹੁੰਦੇ ਕਦੇ ਫਲੀਆਂ ਨਾਨਾ ਜੀ ਕਹਿੰਿਆ ਕਰਦੇ ਸ਼ਰੀਂ ਦਾ ਦਰਖਤ ਬੜਾ ਬਰਕਤਾਂ ਵਾਲਾ ਹੁੰਨਾ ਜੇ ਸਾਡੀ ਅੱਗੇ ਲੱਗਾ ਹੋਵੇ ਉਸਨੇ ਕਮਾਈ ਬੇਸ਼ੁਮਾਰ ਹੋਣੀ ਹੈ ਜਿਵੇਂ ਜਿਵੇਂ ਸ਼ਰੀਕੀ ਫਲੀਆਂ ਪੈਨੀਆਂ ਨਾ ਦੁਕਾਨਦਾਰੀ ਵੀ ਚਮਕਣ ਚਮਕਣੀ ਜਾਨੀ। ਭਾਵੇਂ ਸ਼ਰੀ ਦਾ ਦਰਖਤ ਹਰ ਬਰੇ ਫੈਲਦਾ ਫਲਦਾ ਰਿਹਾ ਪਰ ਨਾਨਾ ਜੀ ਦਾ ਕੰਮ ਧੰਦਾ ਦਿਨ ਬਦਿਨ ਘਟਦਾ ਹੀ ਰਿਹਾ। ਅਖੀਰ ਬੁੱਢੇ ਬਾਰੇ ਉਹਨਾਂ ਨੂੰ ਹੱਟੀ ਬੰਦ ਕਰਕੇ 라ਵਲਪਿੰਡੀ ਲੱਕੜੀਆਂ ਦੇ ਤਾਲ ਪਾਉਣਾ ਪਿਆ। ਤੇ ਜਦੋਂ ਅੰਬਾ ਦਾ ਮੌਸਮ ਆਉਂਦਾ ਮਾਸੀ ਜੀ ਨੂੰ ਕਿਸੇ ਪਰਜਾਈ ਦਾ ਨਾਨਾਣ ਦੇ ਲਹੂ ਚ ਸਾਲੂ ਬੋੜਨ ਦੀ ਗੱਲ ਚੇਤੇ ਆ ਜਾਂਦੀ। ਬੜੀ করুণামਈ ਕਹਾਣੀ ਸੀ ਇੱਕ ਵਾਰ ਅੰਬੋ ਨਾਂ ਦੀ ਇੱਕ ਮੁਟਿਆਰ ਨੇ ਤੀਆਂ ਦੇ ਮੇਲੇ ਤੇ ਪਿੰਗ ਝੂਟਣ ਜਾਣਾ ਸੀ ਉਹ ਆਪਣੀ ਪਰਜਾਈ ਦਾ ਸਾਲੂ ਮੰਗਵਾ ਲੈ ਗਈ ਪਰਜਾਈ ਨੇ ਅੰਬੋ ਨੂੰ ਆਪਣਾ ਸਾਲੂ ਇੱਕ ਸ਼ਰਤ ਤੇ ਦਿੱਤਾ ਕਿ ਉਹਨੂੰ ਸੰਭਾਲ ਕੇ ਵਰਤੇ ਤੇ ਜੇ ਕੋਈ ਦਾਗ ਲੱਗ ਗਿਆ ਤਾਂ ਅੰਬੋ ਦੇ ਲਹੂ ਵਿੱਚ ਸਾਲੂ ਨੂੰ ਧੋਏਗੀ ਨਨਾਨ ਨੇ ਹੱਸਾ ਠੱਠਾ ਜਾਣ ਕੇ ਹਾਂ ਕਰਤੀ ਪਰ ਜਦੋਂ ਅੰਬੋ ਦਰਖਤੇ ਟਾਂ ਪਿੰਗ ਝੂਟ ਰਹੀ ਸੀ ਤਾਂ ਉਪਰੋ ਕਾਂ ਨੇ ਵਿੱਟ ਕਰਤੀ ਅੰਬੋ ਨੇ ਸਾਲੂ ਨੂੰ ਬਥੇਰਾ ਸਾਫ਼ ਕੀਤਾ ਪਰ ਦਾਗ ਨਾ ਉਤਰਿਆ ਪਰਜਾਈ ਦੀ ਨਜ਼ਰ ਦਾਗ ਤੇ ਜਾ ਪਈ ਅੰਬੋ ਨੂੰ ਮੈਂਡਾ ਪੋਛਣ ਵਿਠਾ ਨਾਲ ਗੰਦਾ ਕਰ ਲਿਆਈਏ ਕਾਂ ਨੇ ਉਪਰੋਂ ਵਿਟ ਕਰ ਛੋੜੀ ਆਈ ਭਾਵੇਂ ਮੈਂਡਾ ਕਸੂਰ ਕੋਈ ਨਹੀਂ ਪਰ ਜੋ ਸਜ਼ਾ ਦੇਵੇਂ ਮਿੰਗੀ ਕਬੂਲ ਏ ਲਿਸੇ ਸੁਭਾ ਦੀ ਅੰਬੋ ਨੇ ਕਿਹਾ ਮੈਂ ਤਾਂ ਇਹ ਪੋਛਣ ਟੰਡੇ ਲਵ ਨਾਲ ਤੋਸਾਂ ਮੈਂ ਪਹਿਲਾਂ ਹੀ ਸੁਣਾ ਛੋੜਿਆ ਆ ਇਹ ਪਰਜਾਈ ਪਤਾ ਨਹੀਂ ਕਿਹੜੇ ਯੁੱਗ ਦਾ ਵੈਰ ਕਮਾਣ ਤੇ ਤੁਲੀ ਸੀ ਤੇ ਅੰਬੋ ਦੀਆਂ ਅੱਖਾਂ ਚੱਥਰੂ ਭਾਰਾ ਏ ਅੱਛਾ ਐਵੇਂ ਹੀ ਸਹੀ ਇੱਕ ਦਿਨ ਪਰਜਾਈ ਅੰਬੋ ਨੂੰ ਬੰਨੀ ਤੇ ਆਪਣੇ ਨਾਲ ਕੱਪੜੇ ਧੋਣ ਲੈ ਗਈ ਛੱਪੜ ਦੇ ਕੰਡੇ ਅੰਬੋ ਦੇ ਭਰਾ ਨੇ ਅੰਬੋ ਨੂੰ ਛੁਰੀ ਨਾਲ ਵੱਢਿਆ ਤੇ ਪਰਜਾਈ ਨੇ ਉਹਦੇ ਲਹੂ 'ਚ ਪੋਚਣ ਤੋਤਾ ਤੇ ਜਿੱਥੇ ਅੰਬੋ ਦੀ ਦੇਹ ਦੱਬੀ ਗਈ ਉੱਥੇ ਇੱਕ ਅੰਬ ਦਾ ਬੂਟਾ ਉੱਗ ਪਿਆ ਜਿਹਨੂੰ ਬੜੇ ਮਿੱਠੇ ਫਲ ਪਏ ਇਹ ਮੁੱਢੀ ਭਾਵੇਂ ਨਾਨਨ ਪ੍ਰਤੀ ਪਰਜਾਈ ਦੀ ਵੈਰ ਭਾਵਨਾ ਪ੍ਰਗਟ ਕਰਦੀ ਹੈ ਪਰ ਜਾਪਦਾ ਹੈ ਕਿ ਕਥਾ ਕਿਸੇ ਅਜੇ ਆਦਮ ਬਲੀਵਾਲ ਸੰਕੇਤ ਕਰ ਰਹੀ ਹੈ ਜੋ ਪ੍ਰਾਚੀਨ ਕਾਲ 'ਚ ਅੰਬ ਦਾ ਪੌਦਾ ਲਗਾਉਣ ਵੇਲੇ ਦਿੱਤੀ ਜਾਂਦੀ ਸੀ ਹੋ ਸਕਦਾ ਕਿਸੇ ਪਰਜਾਈ ਨੇ ਪੋਛਣ ਗੰਦਾ ਕਰਨ ਦੀ ਆੜ ਲੈ ਕੇ ਅੰਬ ਦਾ ਪੌਦਾ ਲਗਾਉਣ ਲੱਗਿਆ ਆਪਣੀ ਨਨਾਨ ਦੀ ਬਲੀ ਦਿੱਤੀ ਹੋਵੇ ਸਾਡੇ ਨਾਨਕੇ ਪਿੰਡ ਕੁਝ ਦਰਖਤ ਬੜੇ ਪਵਿੱਤਰ ਮੰਨੇ ਜਾਂਦੇ ਐ ਉਹਨਾਂ ਨੂੰ ਹਿੰਦੂ ਕਿਸੇ ਨਾ ਕਿਸੇ ਸ਼ਕਲ ਚ ਪੂਜਦੇ ਵੀ ਐ ਉਹਨਾਂ ਚੋਂ ਇੱਕ ਔਲਿਆਂ ਦਾ ਬੂਟਾ ਕਹਿੰਦੇ ਨੇ ਬੂਟਾ ਬ੍ਰਹਮਾ ਦੇ ਮੂੰਹ ਚੋਂ ਟਪਕੀ ਰਾਲ ਤੋਂ ਪੈਦਾ ਹੋਇਆ ਹੰਦੇ ਲੈਣ ਆਈ ਮਿਸ਼ਰਾਣੀ ਕਿਆ ਕਰਦੀ ਇੱਕ ਵਾਰ ਬ੍ਰਹਮਾ ਜੀ ਕਿਸੇ ਡੂੰਗੀ ਸੋਚ ਚ ਡੁੱਬੇ ਸੀ ਕਿ ਉਹਨਾਂ ਦੇ ਮੂੰਹ ਚੋਂ ਇੱਕ ਰਾਲ ਟਪਕੇ ਹੀਠਾਂ ਝੜ ਗਈ ਧਰਤੀ ਮਾਂ ਨੇ ਬ੍ਰਹਮਾ ਦਾ ਆਦਰ ਕਰਦਿਆਂ ਉਹਨੂੰ ਆਪਣੇ ਕੁੱਖ 'ਚ ਸਮੋ ਲਿਆ ਤੇ ਕੁਝ ਦਿਨ ਮਗਰੋਂ ਉੱਤੇ ਆਮਲੇ ਦਾ ਬੂਟਾ ਨਿਸਰਖਲੋਤਾ ਆਮਲੇ ਦੀ ਪੂਜਾ ਜ਼ਿਆਦਾਤਰ ਫਗਣ ਸੁਦੇ ਕਾਦਸ਼ੀ ਨੂੰ ਕੀਤੀ ਜਾਂਦੀ ਹੈ ਜਿਹਨੂੰ Hindu ਆਮਲਕਾਦਸ਼ੀ ਵੀ ਕਹਿੰਦੇ ਹੈ ਇਸੇ ਤਿਥ ਨੂੰ ਆਮਲੇ ਦਾ ਜਨਮ ਮੰਨਿਆ ਜਾਂਦਾ ਹੈ ਆਮਲੇ ਉੱਤੇ ਕਈ ਦਿਉਤੇ ਨਿਵਾਸ ਕਰਦੇ ਆ ਤੇ ਮਿਸ਼ਰਾਨੀ ਕਿਆ ਕਰਦੀ ਕਿ ਆਮਲੇ ਦੇ ਬੂਟੇ ਹੇਠਾਂ ਵਿਸ਼ਨੂੰ ਦੀ ਮੂਰਤੀ ਸਥਾਪਿਤ ਕਰਕੇ ਵਰਤ ਰੱਖਣ ਨਾਲ ਅਗਲੇ ਜਨਮ ਰਾਜ ਭਾਗ ਮਿਲਦਾ ਹੈ ਇਕ ਕਾਦਸ਼ੀ ਨੂੰ ਕਈ ਹਿੰਦੂ ਤੀਵੀਆਂ ਆਮਲੇ ਦੀਆਂ ਜੜ੍ਹਾਂ ਚ ਕੱਚੀ ਲੱਸੀ ਪਾਉਂਦੀਆਂ ਤੇ ਅਰਗਾ ਦਿੰਦੀਆਂ ਫਿਰ ਮੌਲੀ ਦੇ ਧਾਗੇ ਨੂੰ ਬੂਟੇ ਤੇ ਦਵਾਲੇ ਵੱਲ ਦੀਆਂ ਹੋਈਆਂ ਸਤ ਪ੍ਰਕਰਮਾ ਕਰਦੀਆਂ ਨਾਲੋ ਨਾਲੇ ਤੁਕਾਂ ਉਚਾਰੀਆਂ ਜਾਂਦੀਆਂ ਦੁੱਧ ਚ ਪਾਣੀ ਫਿਰੇ ਮਦਾਣੀ ਔਲੇ ਦੀ ਜੜ ਪਾਣੀ ਆਪਣੀ ਵੇਲ ਵਧਾਣੀ ਜਿਉਂ-ਜਿਉਂ ਮੌਲੀ ਵਾਲ ਵਲ ਆਵਣ ਸੁਖ ਦੀਆਂ ਛੱਲਾ ਆਮਲੇ ਤੋਂ ਇਲਾਵਾ ਕੋਲੇ ਨੂੰ ਵੀ ਪਵਿੱਤਰ ਸਮਝਿਆ ਗਿਆ ਕੇਲਾ ਸ਼ੁਭ ਤੇ ਕਲਿਆਣੀ ਵਿਆਵੇਲੇ ਵਿੱਦੀ ਦੁਆਲੇ ਕੇਲੇ ਦੇ ਪੱਤੇ ਗੱਡਣ ਨਾਲ ਧਨ ਪਿਰਚ ਗਹਿਰਾ ਪੈਰ ਪਿਆਰ ਪੈਂਦਾ ਹੈ। ਉਹਨਾਂ ਦੇ ਜੀਵਨ ਚ ਸੁੱਖ ਤੇ ਕੋਮਲਤਾ ਵਰਤੀ ਰਹਿੰਦੀ ਹੈ। ਕੇਲੇ ਦਾ ਮੁੱਢ ਸ਼ਿਵਜੀ ਨਾਲ ਜੋੜਿਆ ਗਿਆ ਹੈ। ਇੱਕ ਵਾਰ ਸ਼ਿਵਜੀ ਪਾਰਵਤੀ ਨੂੰ ਨਾਲ ਲਈ ਕਿਸੇ ਜੰਗਲ ਚੋਂ ਦੀ ਲੰਘ ਰਹੇ ਸੀ ਤਾਂ ਇੱਕ ਭਗਤ ਨੇ ਉਹਨਾਂ ਨੂੰ ਪਛਾਣ ਕੇ ਉਹਨਾਂ ਨੂੰ ਚੰਗਾ ਆਦਰ ਮਾਣ ਦਿੱਤਾ। ਉਹਨੇ ਬੜੀ ਸ਼ਰਧਾ ਨਾਲ ਥੋੜੀ ਜੀ ਥਾਂ ਸਾਫ਼ ਕੀਤੀ ਤੇ ਦਰਖਤਾਂ ਨਾਲੋਂ ਛਾਲ ਤੋੜ ਕੇ ਜ਼ਮੀਨ 'ਤੇ ਵਿਛਾਈ। शिवजी ਤਾਂ रामਨਾਲ ਬੈਠ ਕੇ ਪਰ পার্বਤੀ ਛਾਲ ਤੇ ਬੈਠਣ ਤੋਂ ਘਬराई ਕਿਉਂ ਜੋ ਛਾਲ ਕਾਫੀ ਕਰੜੀ ਸੀ ਇਹ ਵੇਖ ਕੇ Shivji ਨੇ Parvati ਨੂੰ ਕਿਹਾ ਤੇਰਾ ਭਗਤ ਏ ਇਹਦੀ ਇਹੋ ਸ਼ਰਦਾ ਏ ਬਹਿ ਜਾ ਤੇ ਜੇ ਇਹਦੀ ਸ਼ਰਦਾ ਸੱਚੀ ਹੋਈ ਤਾਂ ਇਹ ਛਾਲ ਨਰਮ ਵਿਛਾਉਣੇ ਚ ਬਦਲ ਜਾਏਗੀ পার্বਦੀ ਝੱਕਦੇ ਝੱਕਦੇ ਬੈਠ ਤਾਂ ਗਈ ਤੇ ਦਰਖਤ ਦੀ ਛਾਲ ਕੇਲੇ ਦੇ ਪੱਤਿਆਂ ਦਾ ਰੂਪ ਧਾਰ ਕੇ ਮਲੈਮ ਹੋ ਗਈ ਤੇ Shiv ਤੇ Parvati ਦਾ ਆਪੋ ਚ ਬੜਾ ਪਿਆਰ ਮਿਸ਼ਰਾਣੀ ਕਿਹਾ ਕਰਦੀ ਇਸ ਵਾਸਤੇ ਵਿਆਹ ਵੇਲੇ ਕੇਲੇ ਦੇ ਪੱਤਿਆਂ ਦਾ ਦਰਵਾਜ਼ਾ ਖੜਾ ਕਰਨ ਜਾਂ ਵੇਦੀ 'ਚ ਲਗਾਉਣ ਨਾਲ ਵਰਤੇ ਕੰਨਿਆਂ ਦਾ ਆਪੋ 'ਚ ਪਿਆਰ ਵੱਧਦਾ ਹੈ ਦੋਵੇਂ ਇੱਕ ਜੋਤ ਹੋ ਜਾਂਦੇ ਨੇ ਜਿਵੇਂ ਸ਼ਿਵ ਤੇ ਪਾਰਬਤੀ ਦਾ ਹੀ ਰੂਪ ਹੋਣਾ ਤੀਜਾ ਦਰਖਤ ਪਿੱਪਲ ਦਾ ਹੈ ਇਹ ਦਰਖਤ ਸਭ ਨਾਲੋਂ ਵੱਧ ਪਵਿੱਤਰ ਮੰਨਿਆ ਗਿਆ ਮਿਸ਼ਰਾਣੀ ਦੱਸਿਆ ਕਰਦੀ ਕਿ ਇੱਕ ਵਾਰ ਦੇਵਤਿਆਂ ਤੇ ਰਾक्षਾਂ ਵਿੱਚਕਾਰ ਘੋਰ ਯੁੱਧ ਹੋਇਆ ਦਨਤਾ ਨੇ ਇੰਦਰ ਨੂੰ ਦੇਵਤਿਆਂ ਸਮੇਤ ਇੰਦਰਪੁਰੀ ਚੋਂ ਕੱਢ ਦਿੱਤਾ ਦੇਵਤੇ ਧਰਤੀ ਤੇ ਭਟਕਣ ਲੱਗੇ ਫਿਰ ਰਾਖਸ਼ਾਂ ਨੇ ਆਪਣੀ ਅਸੂਰੀ ਤਾਕਤਾਂ ਨਾਲ ਧਰਤੀ ਤੇ ਨਹੀਂ ਹਨੇਰੀ ਚੁਲਾ ਦਿੱਤੀ ਇੱਕ ਤੇਜ਼ ਚਖੜ ਦੂਜਾ ਹੱਥ ਨੂੰ ਹੱਥ ਨਹੀਂ ਦਿਸਦਾ ਨਾਲੇ ਕਹਿਰਾਂ ਦਾ ਮੀਂਹ ਵਸਣ ਲੱਗਾ ਧਰਤੀ ਪਾਣੀ ਚ ਡੁੱਬਣ ਲੱਗੀ ਦੇਵਤੇ ਪਿੱਪਲ ਦੇ ਬਿਰਛ ਤੇ ਜਾ ਚੜੇ ਤੇ ਲਘੂ ਰੂਪ ਧਾਰ ਕੇ ਪੱਤਿਆਂ ਉੱਤੇ ਜਾ ਬੈਠੇ ਪਿੱਪਲ ਨੇ ਦੇਵਤਿਆਂ ਦੀ ਰੱਖਿਆ ਕੀਤੀ ਉਦੋਂ ਤੋਂ ਦੇਵਤੇ ਪਿੱਪਲ ਦਾ एहसान ਚੁਕਾਣ ਲਈ ਉਸ ਤੇ ਸੂਖਮ ਰੂਪ ਚ ਰਹਿੰਦੇ ਨੇ ਇਸੇ ਵਾਸਤੇ ਤਾਂ ਕਹਿੰਦੇ ਨੇ ਪੱਤੇ ਪੱਤੇ ਗੋਬਿੰਦ ਬੈਠਾ ਟਾਣੀ ਟਾਣੀ ਦੇਵਤਾ ਹਿੰਦੂ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਪਿੱਪਲ ਦੀ ਪੂਜਾ ਅਰਚਾ ਕਰਦੇ ਨੇ ਪਿੱਪਲ ਦੀਆਂ ਪ੍ਰਕਰਮਾਂ ਕਰਦੇ ਹੋਏ ਉਹ ਦੀ ਦਵਾਲੇ ਮੌਲੀ ਬਲੇਟ ਦੇ ਜਾਂਦੇ ਨੇ ਤੇ ਪਿੱਪਲ ਦੀਆਂ ਜੜਾਂ 'ਚ ਕੱਚੀ ਲੱਸੀ ਪਾਉਂਦੇ ਤੇ ਟਾਹਣਾ ਤੇ ਛੱਟੇ ਮਾਰਦੇ ਨੇ ਪਿੱਪਲ ਦੇ ਸਾਹਮਣੇ ਝੂਠ ਬੋਲਣ ਵਾਲਾ ਘੋਰ ਪਾਪ ਦਾ ਭਾਰੀ ਭਾਗੀ ਬਣਦਾ ਪਿੰਡ 'ਚ ਹਟਵਾਣੀਆਂ ਦੀ ਦੁਕਾਨ ਦੇ ਸਾਹਮਣੇ ਪਿੱਪਲ ਦਾ ਦਰਖਤ ਸੀ ਇੱਕ ਵਾਰ ਮਿਸ ਰਾਣੀ ਉਹਨੂੰ ਕਹਿਣ ਲੱਗੀ ਵੇਖੋ ਸ਼ਾਹ ਜੀ ਤੁਸੀਂ ਹੱਟੀ ਕਰਦੇ ਹੋ ਵਪਾਰ 'ਚ ਸੌ ਝੂਠ ਬੋਲਣਾ ਪੈਂਦਾ ਤੇ ਇਹ ਤੁਹਾਡੇ ਸਾਹਮਣੇ ਪਿੱਪਲ ਖੜਾ ਸਾਖਿਆ ਧਰਮਰਾਜ ਦਾ ਰੂਪ ਜਿਹਦੇ ਉੱਤੇ ਸਾਰੇ ਦੇਵਤੇ ਬਿਰਾਜਮਾਨ ਰਹਿੰਦੇ ਨੇ ਤੇ ਤੁਹਾਡੇ ਵਾਸਤੇ ਝੂਠ ਬੋਲਣਾ ਗਊ ਹੱਤਿਆ ਦੇ ਬਰਾਬਰ ਹੈ। ਜਮਰਾਜ ਤੁਹਾਨੂੰ ਅਗਲੇ ਜਨਮ ਬੜੇ ਤਸੀਹੇ ਦੇਸੀ ਤੇ ਦੁਕਾਨਦਾਰੀ ਨਹੀਂ ਮੁਨਿਆ ਦੀ ਝੂਠ ਤੇ ਤੂੰ ਦੱਸ ਮੈਂ ਕੀ ਕਰਾਂ? ਹਟਵਾਣੀਆਂ ਨਿਰਾਸ਼ ਹੋ ਕੇ ਪੁੱਛਣ ਲੱਗਾ। ਜਦੋਂ ਦੇਵਤੇ ਸੁੱਤੇ ਹੋਣ ਉਹਦੋਂ ਕੋਈ ਡਰ ਨਹੀਂ ਹੁੰਨਾ ਤੇ ਪਰ ਇਹ ਕਦੋਂ ਸਾਨੇਨ ਸਾਲ ਚ 6 ਮਹੀਨੇ ਉਦੋਂ ਤੁਸੀਂ ਬੇਸ਼ੱਕ ਝੂਠ ਬੋਲ ਲਿਆ ਕਰਿਓ। ਬਲਾਈ 10 ਐਸ ਵੇਲੇ ਦੇਵਤੇ ਸੁੱਤੇ ਪੈਨੇ ਕਿ ਜਾਗਦੇ ਹਾਲੇ ਤਾਂ ਸੁੱਤੇ ਪੈਨੇ ਤਾਂ ਹੀ ਉਹ ਤਾਂ ਮੈਂ ਤੁਹਾਨੂੰ ਇਹ ਗੱਲਾਂ ਦੱਸ ਰਹੀਆਂ ਲੋਹੜੀ ਵਾਲੀ ਰਾਤੀ ਜਾਗਣਗੇ ਉਦੋਂ ਮੈਂ ਹੱਟੀ ਦੇ ਅੰਦਰ ਬੈਠ ਕੇ ਦੁਕਾਨਦਾਰੀ ਕਰ ਲਿਆ ਕਰਸਾਂ ਉਸ ਦਿਨ ਤੋਂ ਹਟਵਾਣੀਆਂ ਜਦੋਂ ਦੇਵਤੇ ਜਾਗਦੇ ਹੁੰਦੇ ਹੱਟੀ ਦੇ ਅੰਦਰ ਦੇਵਤਿਆਂ ਦੇ ਉੱਲੇ ਬੈਠ ਕੇ ਸੱਚ ਝੂਠ ਬੋਲਿਆ ਕਰਦਾ ਪਰ ਕਦੇ-ਕਦੇ ਉਹਦੇ ਤੋਂ ਪਿਪਲ ਦੇ ਸਾਹਮਣੇ ਵੀ ਝੂਠ ਬੋਲ ਹੋ ਜਾਂਦਾ ਤਾਂ ਹਟਵਾਣੀਆਂ ਸ਼ਾਮੀ ਸੌਣ ਤੋਂ ਪਹਿਲਾਂ ਪਿਪਲ ਦੇ ਅੱਗੇ ਜਾ ਕੇ ਪ੍ਰਾਰਥਨਾ ਕਰਦਾ हे hey पीपल जी महाराज मेरे ਝੂਠ ਦੀ ਰੱਖੇ ਉਲਾਜ ਧਰਮ ਰਾਜੇ ਦੇ ਦਰਬਾਰ ਮੈਂਡਾ ਖੁੱਲੇ ਕਦੇ ਨਾ ਪਾਜ ਸੁਣੋਂ ਦੇਵ ਮਹਾਰਾਜ ਇਹ ਤੁਕਾਂ ਨੂੰ ਮਿਸ਼ਰ ਨਹੀਂ ਦਿਲੋਂ ਜੋੜ ਕੇ ਦਿੱਤੀਆਂ ਸੀ ਵੈਸੇ ਸ਼ਾਹ ਤੇ ਮਿਸ਼ਰਾਣੀ ਆਪੋ ਚ ਕਾਫੀ ਕੁਲੇ ਮਿਲੇ ਹੋਏ ਸਨ ਮਿਸ਼ਰਾਣੀ ਵੇਖਣ ਨੂੰ ਟੁਕਵੇਂ ਨੈਣ ਨਕਸ਼ਾਂ ਵਾਲੀ ਸੀ ਪਿੰਡਾਲਿਸ਼ਕਿਆ ਮੁਸ਼ਕਿਆ ਰਖਦੀ ਸ਼ਾਣੀ ਕਈ ਤਰ੍ਹਾਂ ਦੀ ਸੰਸਿਆਂ 'ਚ ਪਈ ਰਹਿੰਦੀ ਇੱਕ ਦਿਨ ਸ਼ਾਹ ਜੀ ਦੁਪਹਿਰੀ ਰੋਟੀ ਖਾਣ ਵਾਸਤੇ ਘਰ ਨਾ ਆਏ ਤੇ ਦਿਨ ਗਰਮੀਆਂ ਦੇ ਸੰਕੜ ਵੀ ਕੜਕਵੀਂ ਧੁੱਪ ਸ਼ਾਣੀ ਦੇ ਮਨ ਨੂੰ ਲੇਲ ਉਠਿਆ ਉਹ ਖੁਦ ਰੋਟੀ ਲੈ ਕੇ ਹੱਟੀ ਤੇ ਜਾ ਪੁੱਜੀ ਅੱਗੇ ਸ਼ਾਹ ਤੇ ਮਿਸਰਾਣੀ ਦੋਵੇਂ ਬੂਹਟੋਈ ਬੈਠੇ ਸਨ ਸ਼ਾਣੀ ਨੂੰ ਵੇਖ ਕੇ ਸ਼ਾਹ ਜੀ ਦਾ ਰੰਗ ਪੀਲਾ ਪੈ ਗਿਆ ਪਰ ਮਿਸਰਾਣੀ ਕੋਲ ਪਏ ਤੀਲੇ ਨੂੰ ਫੜ ਕੇ ਜਮੀ ਉੱਤੇ ਲਕੀਰਾਂ ਕੱਢਦੇ ਆ ਅਸ਼ਟ ਗ੍ਰਹ ਤੇ ਸ਼ਾਂ ਦੇ ਮੰਤਰ ਉਚਾਰਨ ਲੱਗੇ ਸ਼ਾਣੀ ਚੁੱਪਚਾਪ ਪਈ ਖੜੀ ਵੇਖਦੀ ਰਹੀ ਮਿਸਰਾਣੀ ਮੰਤਰ ਪੜ ਕੇ ਅਸ਼ਟ ਗ੍ਰਹ ਦੇ ਚੋਕ ਵਿੱਚ ਫੋਟਾ ਕਮੇਟੀ ਲੈ ਕੇ ਛਾਹ ਦੇ ਮੱਥੇ ਤੇ ਲਗਾਉਂਦੀ ਕਹਿਣ ਲੱਗੀ ਹੁਣ ਗਰੌਟ ਲੀ ਗਿਆ ਫਿਰ ਮਿਸ਼ਰਾਣੀ ਉਥੋਂ ਚੁੱਪਚਾਪ ਖਿਸਕਣ ਖਿਸਕਣ ਲੱਗੀ ਤੇ ਛਾਣੀ ਨੇ ਉਹਨੂੰ ਗੁੱਤੋਂ ਵੱਢ ਲਿਆ ਨਹੀਂ ਫਰੇਬ ਨੇ ਇੱਥੇ ਕੀ ਪੀ ਕਰਨੀ ਸ ਹੈ ਜਿਵੇਂ ਛਾਣੀ ਨੇ ਉਹਦੇ ਪਖੰਡ ਨੂੰ ਮੁੱਢੋਂ ਫੜ ਲਿਆ ਹੋਵੇ ਮਿਸ਼ਰਾਣੀ ਮੂੰਹੋਂ ਕੁਝ ਨਾ ਵਸਰੀ ਪਰ ਛਾਹ ਜੀ ਨੂੰ ਝਟ ਗੱਲ ਸੁੱਝ ਗਈ ਵੇਖੇ ਨਾ ਭਲੀਏ ਲੋਕੇ ਕੱਲ ਨਾ ਕੋਈ ਗਾ ਘਾਟੀ ਤੇ ਨਹੀਂ ਸੀ ਚੜਿਆ ਮਿਸ਼ਰਾ ਸਦਿਆ ਆਇਆ ਕਿ ਆਈ ਕੈ ਗ੍ਰੋ ਉਤਾਰ ਬੰਜੇ ਤੇ ਓ ਟਿੱਲਾ ਮੱਠਾ ਆ ਉਹਨੇ ਮਿਸ਼ਰਾਣੀ ਕੀ ਭੇਜ ਦਿੱਤਾ ਇਹ ਤਾਂ ਮੈਂ ਡਗਰੋ ਉਤਾਰਨ ਪਈਏ ਤੇ ਬਾਹਰ ਪੀਪਲ ਦੇ ਸਾਹਮਣੇ ਖਲੋਈ ਕੇ ਆਖੋ ਇਹ ਹੀ ਗੱਲ ਸ਼ਾਣੀ ਸ਼ਾਹ ਤੇ ਮਿਸ਼ਰਾਣੀ ਦੋਹਾਂ ਨੂੰ ਧਾਕੇ ਬਾਹਰ ਪੀਪਲ ਦੇ ਸਾਹਮਣੇ ਲਿਆਈ ਮਿਸ਼ਰਾਣੀ ਨੇ ਤਾਂ ਪੀਪਲ ਨੂੰ ਹੱਥ ਲਾ ਕੇ ਦੇਵਤਿਆਂ ਦੀ ਕਸਮ ਖਾ ਲਈ ਪਈ ਮੈਂ ਜੋ ਆਖਿਆ ਸੱਚ ਹੈ ਤੇ ਸ਼ਾਣੀ ਉਹਦੇ ਫਰੇਬ 'ਚ ਆ ਗਈ ਤੇ ਮਿਸ਼ਰਾਣੀ ਨੇ ਤਾਂ ਮੂੰਹ ਕੋਝ ਆਖਿਆ ਹੀ ਨਹੀਂ ਸੀ ਪ੍ਰਸ਼ਾਦ ਜੀ ਨੂੰ ਪੀਪਲ ਦੇ ਸਾਹਮਣੇ ਝੂਠ ਬੋਲਣ ਦੀ ਉੱਕੀ ਹਿੰਮਤ ਨਾ ਪਈ ਉਦੇ ਮਨ ਤੇ ਪਿੱਪਲ ਉੱਤੇ ਬੈਠੇ ਦੇਵਤਿਆਂ ਦਾ ਭੈਅ ਛਾਇਆ ਸੀ ਉਹ ਕਹਿਣ ਲੱਗਾ ਇਧਰ ਓ ਲੰਗਣੀ ਮਿਸ਼ਰਾਣੀ ਅੰਦਰ ਆ ਗਈਏ ਤੂੰ ਤੇ ਐਵੇਂ ਰਾਈ ਨਾ ਪਹਾੜ ਬਣਾ ਲਿਆ ਇਹਨੇ ਤੇ ਜਿੱਥੇ ਕਿਤੇ ਬੈਠਣਾ ਧਰਮ ਕਰਨੀ ਗੱਲ ਕਰਨੀ ਹੈ ਮੈਂ ਡਾਗਾ ਸਵਾਰਨਾ ਤੁਹਾਡਾ ਅੱਗਾ ਤਾਂ ਸਵਾਰਿਆ ਜਾਣਾ ਪਰ ਮੈਂ ਡਾ ਕਿਆ ਬਣਾਉ ਸ਼ਾਣੀ ਨੇ ਘੁਰਦੇ ਹੋਏ ਕਿਹਾ ਅਗਲੇ ਦਿਨੇ ਗੱਲ ਸਾਰੇ ਪਿੰਡ ਚ ਹੁਗ ਗਈ Hindu ਤੇਵੀਆਂ ਪਿੱਪਲ ਦੇ ਤਣੇ ਤੇ ਸੰਧੂਰ ਮਲ ਕੇ ਬਾਅਦ ਚ ਚੁਟਕੀ ਮਾਂਗ ਚ ਭਰ ਲੈਂਦੀਆਂ ਧਾਰਨਾ ਹੈ ਕਿ ਇਸ ਤਰ੍ਹਾਂ ਸੁਹਾਗ ਲੰਮੀ ਉਮਰ ਭੋਗਦਾ ਸੋ ਲਖਣੀ ਤਾਂ kia ਕਰਦੀ ਬੋੜ ਤਾਂ ਤ੍ਰਿੰਤਾ ਨੇ ਸੁਹਾਗ ਨਾ ਰੱਖੇ ਕੋਨਾ ਜਿਸ ਲਈ ਜੰਮ ਸਤਿਆਵਾਨੀ ਰੂਹ ਖਿੰਨ ਕੇ ਜਾਣ ਲੱਗਾ ਤਾਂ ਸਵਿਤਰੀ ਨੇ ਬੋੜ ਦੇ ਹੇਠ ਖਲੋ ਕੇ ਹੀ ਦੇਵਤਿਆਂ ਅੱਗੇ ਆਪਣੇ ਸੁਹਾਗ ਦੀ ਰੱਖਿਆ ਵਾਸਤੇ ਪ੍ਰਾਰਥਨਾ ਕੀਤੀ ਹੈ ਇਹ ਵੀ ਧਾਰਨਾ ਹੈ ਕਿ ਬੋੜ ਦੇ ਨੇਕ ਰੂਹਾਂ ਦਾ ਵਾਸਾ ਹੁੰਦਾ ਹੈ ਬੋੜ ਉਤੇ ਲਕਸ਼ਮੀ ਦੇਵੀ ਵੀ ਵਸਦੀ ਹੈ ਬੋੜ ਦੀ ਪੂਜਾ ਅਰਚਾ ਕਰਨ ਨਾਲ ਲੁਛੀ ਵੀ ਪ੍ਰਸੰਨ ਹੁੰਦੀ ਹੈ ਵਿਆਹ ਦੀਆਂ ਰਸਮਾਂ ਵੇਲੇ ਜੋੜੀ ਨੂੰ ਮੰਨਤਾ ਪ੍ਰਾਪਤ ਹੈ ਜੰਡੀ ਜਿਸ ਨੂੰ ਆਰੀਆ ਲੋਕ ਸ਼ਮੀ ਕਹਿੰਦੇ ਆ ਆਪਣੇ ਆਪ ਚ ਇੱਕ ਦੇਵੀ ਐ ਕਿਸੇ ਵੇਲੇ ਤੀਵੀਆਂ ਜੰਡੀ ਦੀ ਪੂਜਾ ਕਰਨ ਵੇਲੇ ਨ੍ਰਿਤ ਕੀਤਾ ਕਰਦੀਆਂ ਸਨ ਤੇ ਇਹ ਲੋਕ ਨਾਚ ਸ਼ਮੀ ਦੇ ਨਾਮ ਨਾਲ ਹੁਣ ਤੱਕ ਸਾਡੇ ਪਿੰਡ ਪਰ ਚੱਲਦਾ ਹੈ ਸ਼ਮੀ ਮੇਰੀ ਵਣ ਤੇ ਲੋਕ ਗੀਤ ਇਸ ਮੌਕੇ ਤੇ ਗਾਉਣ ਦੀ ਪਰੰਪਰਾ ਹੈ ਜੰਡੀ ਨਾਲ ਵਿਆਹ ਦਾ ਸੁਆੰਗ ਵੀ ਰਚਿਆ ਜਾਂਦਾ ਤੇ ਜਦੋਂ ਕਿਸੇ ਸ਼ਖਸ ਦੀਆਂ ਦੋ ਪਤਨੀਆਂ ਮਰ ਚੁੱਕੀਆਂ ਹੁਣ ਤਾਂ ਤੀਜਾ ਵਿਆਹ ਜੰਡੀ ਨਾਲ ਪੂਰੀਆਂ ਰੀਤਾਂ ਸਮੇਤ ਕਰਦਾ ਹੈ ਤੇ ਚੌਥਾ ਵਿਆਹ ਕਿਸੇ ਤ੍ਰਿਮਤ ਨਾਲ ਇਸ ਤਰ੍ਹਾਂ ਤੀਜੇ ਅੰਕੜੇ ਦਾ ਮਨੂਸ ਪਰਭਾਵ ਉਸ ਵਿਆਹ ਤੇ ਨਹੀਂ ਪੈਂਦਾ ਕਈ ਲੋਕ ਜੰਡੀ ਦੀ ਥਾਂ ਤਰੇਕਾ ਨਾਲ ਵਿਆਹ ਰਚਾਉਂਦੇ ਨੇ ਜੰਡੀ ਪ੍ਰੇਤ ਰੂਹਾਂ ਤੋਂ ਰੱਖਿਆ ਵੀ ਕਰਦੀ ਹੈ ਕਹਿੰਦੇ ਨੇ ਜਦੋਂ ਪਾਂਡੋ ਅਗਿਆਤ ਵਾਸ ਲਈ ਗਏ ਤਾਂ ਆਪਣੇ ਹਥਿਆਰ ਜੰਡੀ ਦੇ ਦਰਖਤ ਵਿੱਚ ਛੁਪਾ ਗਏ ਉਦੋਂ ਤੋਂ ਜੰਡੀ ਨੂੰ ਵਾਰ ਪ੍ਰਾਪਤ ਹੈ ਕਿ ਇਹਦੀ ਪੂਜਾ ਕਰਨ ਵਾਲੇ ਦੇ ਨੇੜੇ ਪ੍ਰੇਤ ਰੂਹਾਂ ਨਹੀਂ ਟੁੱਕਦੀਆਂ ਪੰਜਾਬ ਦੇ ਖੱਤਰੀਆਂ 'ਚ ਵਿਆਹ ਵੇਲੇ ਲੜਾ ਇਸੇ ਵਿਚਾਰ ਨਾਲ ਜੰਡੀ ਕੱਟਣ ਦੀ ਰਸਮ ਕਰਦਾ ਹੈ ਕਿ ਜੰਡੀ ਬਦਨਜ਼ਰ ਤੇ ਬਦ ਰੂਹਾਂ ਤੋਂ ਉਹਦੀ ਰੱਖਿਆ ਕਰੇਗੀ ਵਿਆਹ ਦੀ ਵੇਦੀ 'ਚ ਵੀ ਜੰਡੀ ਦੀ ਲੱਕੜੀ ਵਰਤੀ ਜਾਂਦੀ ਹੈ ਜਦੋਂ ਕਿਸੇ ਘਰ ਲੜਕਾ ਜੰਮਦਾ ਹੈ ਨੈਣ ਉਹਦੇ ਬੂਹੇ ਅੱਗੇ ਨਿੰਮ ਜਾਂ ਅੰਬ ਦੇ ਪੱਤਿਆਂ ਦਾ ਸੇਰਾ ਬਣਾ ਕੇ ਟੰਗ ਜਾਂਦੀ ਹੈ ਇਸ ਤਰ੍ਹਾਂ ਬਦਨਜ਼ਰ ਨਹੀਂ ਲੱਗਦੀ ਤੇ ਬੱਚੇ ਤੇ ਬਖਸ਼ਿਸ਼ ਰਹਿੰਦੀ ਹੈ ਵਿਆਹ 'ਚ ਕਲਸ ਪੂਜਾ ਦੇ ਵੇਲੇ ਆਕ ਅਕ ਆਂਬ ਪਿੱਪਲ ਤੇ ਬੋੜ ਦੇ ਪੱਤੇ ਰੱਖ ਕੇ ਉੱਪਰ ਨਰੇਲ ਦੀ ਠੁੱਠੀ ਧਰੀ ਜਾਂਦੀ ਹੈ। ਘਾਹਾਂ ਵਿੱਚੋਂ ਦੁੱਭ ਘਾਹ ਪਵਿੱਤਰ ਮੰਨਿਆ ਗਿਆ। ਕਹਿੰਦੇ ਨੇ ਜਦੋਂ ਦੇਵਤੇ ਅੰਮ੍ਰਿਤ ਦੇ ਕੁੰਭ ਲਈ ਰਾਖਸ਼ਾਂ ਨਾਲ ਖੋਖਿੰਝ ਕਰ ਰਹੇ ਸਨ ਤਾਂ ਅੰਮ੍ਰਿਤ ਦੀਆਂ ਕੁਝ ਬੂੰਦਾਂ ਛਲ ਕੇ ਇਸ ਘਾਹ ਤੇ ਜੜ ਗਈਆਂ। ਪੀਰਾਂ ਫਕੀਰਾਂ ਦੀਆਂ ਖਾਨਗਾਹਾਂ 'ਚ ਕਬਰ ਦੇ ਮੁੱਢ ਜੰਡੀ ਜਾਂ ਕਰੀਰ ਉਗੀ ਹੁੰਦੀ ਹੈ। ਜੋ ਕਬਰ ਦੇ ਛੱਤਰ ਵਾਂਗ ਝੁੱਲਦੀ ਰਹਿੰਦੀ ਹੈ ਜਦੋਂ ਕਿਸੇ ਤੀਵੀ ਦੀ ਮੰਨਤ ਪੂਰੀ ਹੋ ਜਾਏ ਤਾਂ ਖਾਨਗਾਹ ਤੇ ਦੀਵਾ ਜਗਾਣ ਮਗਰੋਂ ਦਰਖਤ ਨਾਲ ਕੋਈ ਪੁਰਾਣਾ ਚੀਥੜਾ ਲਟਕਾ ਦਿੰਦੀ ਹੈ ਇੱਕ ਤਰ੍ਹਾਂ ਨਾਲ ਪੀਰ ਦਾ ਨਿਸ਼ਾਨ ਚੁਲਾਉਣਾ ਹੁੰਦਾ ਹੈ ਇਸ ਤਰ੍ਹਾਂ ਕਰਨ ਨਾਲ ਪੀਰ ਪ੍ਰਸੰਨ ਰਹਿੰਦਾ ਤੇ ਕਈ ਵਾਰ ਬਦਰੂਹਾ ਨੂੰ ਪਤਿ ਆਉਣ ਲਈ ਵੀ ਕਰੀਰ ਨਾਲ ਚੀਥੜਾ ਲਟਕਾ ਦਿੱਤਾ ਜਾਂਦਾ ਹੈ ਕਿਕਰ ਨੂੰ ਅੱਛਾ ਰੁਖ ਨਹੀਂ ਸਮਝਿਆ ਜਾਂਦਾ ਇਸ ਉੱਤੇ ਭੂਤਣੀਆਂ ਦੇ ਚੜੇਲਾਂ ਦਾ ਵਾਸਾ ਮੰਨਿਆ ਜਾਂਦਾ ਬੱਚਿਆਂ ਦੀ ਰੱਖਿਆ ਲਈ ਕਈ ਮਾਵਾ ਘਰ ਦੇ ਨੇੜੇ ਉੱਗੇ ਕਿਕਰ ਨਾਲ ਚੀਥੜੇ ਬੰਦ ਹੁੰਦੀਆਂ ਨੇ ਇਸ ਤਰ੍ਹਾਂ ਬਦਰੂਹਾ ਪਤੀਆਈਆਂ ਜਾਂਦੀਆਂ ਨੇ ਟੱਪਰੀ ਵਾਸੀਆਂ ਦੇ ਕੁਝ ਕਬੀਲੇ ਸਾਲ ਦੇ ਦਰਖਤ ਨੂੰ ਪਵਿੱਤਰ ਮੰਨ ਕੇ ਪੂਜਦੇ ਹਨ ਧੰਨਵਾਦ